ਸੋ ਇਹ ਨੂੰ ਕਈ ਵਾਰੀ ਆਸੀ ਵੈਮ ਯਾ ਸ਼ੱਕ ਦੀ ਬਿਮਾਰੀ ਕਹਿੰਦੇ ਆ ਸਭ ਤੋਂ ਸਿੰਪਲੈਸ ਐਕਸਪਲੇਨੇਸ਼ਨ ਇਹਦੀ ਮੋਸਟ ਲਾਈਕਲੀ ਇਹੇ ਹੋ ਸਕਦੀ ਆ ਜਿਹੜਾ ਕੋਈ ਨਾਰਮਲ ਪਰਸਨ ਆ ਤੁਸੀਂ ਲੈ ਲੋ ਮੈ ਲੈ ਲੋ ਸਾਨੂੰ ਇੱਕ ਦਿਨ ਚ 70000 ਖਿਆਲ ਆਉਂਦੇ ਆ 70000 ਯਾ ਯੇ ਉਹ ਕਈ ਤਾਂ ਆਪਣੇ ਫੋਨ ਜੜਾਇਆ ਉਹ ਵੀ ਪਾਣੀ ਚ ਸਵੱਟ ਦਿੰਦੇ ਆ ਕਈਆਂ ਦੇ ਹੱਥ ਗਾਲ ਜੰਦੇ ਆ ਰਾਸ਼ ਹੋਣ ਲੱਗ ਪੈਂਦੀ ਆ ਖੂਨ ਬਗੜ ਲੱਗ ਜਾਂਦਾ ਆ ਪਰ ਫਿਰ ਵੀ ਜਿਹੜਾ ਹੋ ਇੱਕ ਕੀੜਾ ਆ ਮਨ ਚ ਜੇ ਮੈਨੂੰ ਬਾਰ-ਬਾਰ ਜਾ ਕੇ ਉਹੇ ਕੰਮ ਕਰਨਾ ਪੈਣਾ ਆ ਉਹ ਹੋ ਨਹੀਂ ਨਿਕਲਦਾ ਕੋਈ ਵਿਅਕਤੀ ਜਿਹੜਾ ਹੁੰਦਾ ਆ ਉਹਨੂੰ ਲੱਗਦਾ ਆ ਖਰੇ ਮੇਰੇ ਕਰਕੇ ਮੇਰੇ ਘਰ ਨੂੰ ਅਗ ਨਾ ਲੱਗ ਜਾਏ ਕਿਤੇ ਸੋ ਉਹ ਬਾਰ-ਬਾਰ ਜਾ ਕੇ ਅੱਧਾ ਪੌਣਾ ਘੰਟਾ ਆਪਣੇ ਤਵੇ ਚੈੱਕ ਕਰਨ ਚ ਲਾ ਦਿੰਦਾ ਆ ਗੱਡੀ ਚ ਬੈੰਦਾ ਆ ਚਲੋ ਕੰਮ ਤੇ ਚੱਲਦੇ ਆ ਨਹੀਂ 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 ਤਸੱਲੀ ਜਈ ਨਹੀਂ ਹੋਈ ਇੱਕ ਵਾਰੀ ਹੋਰ ਦੇਖ ਦਿੰਦੇ ਆ ਸੋ ਕੋਈ ਆਮ ਵਿਅਕਤੀ ਜਿਹੜਾ ਆ ਉਹਦੇ ਮਨ 'ਚ ਇਹ ਖਿਆਲ ਆਊਗਾ ਫਿਰ ਨਾ ਲੱਗਦਾ ਕੋਈ ਪ੍ਰੇਰਣਾ ਜਾਗੂਗੀ ਉਹਨਾਂ ਲੱਗੂਗਾ ਯੂ ਨੋ ਮੈਂ ਇਹ ਕੰਮ ਕਰਨਾ ਆ ਇੱਕ ਵਾਰੀ ਕਰ ਲਿਆ ਤਸੱਲੀ ਹੋ ਗਈ ਪਰ ਜਿਹੜਾ OCD ਦਾ ਕੋਈ ਮਰੀਜ਼ ਆ ਉਹਨੂੰ ਬਹੁਤ تسਲੀ ਨਹੀਂ ਹੋਣੀ ਚਾਹੀਏ ਉਹ ਜਿੰਨੀ ਮਰਜ਼ੀ ਵਾਰੀ ਕਰੀ ਜਾਵੇ ਕਰੀ ਜਾਵੇ ਕੁਝ ਦੇ ਲਈ ਹੋ ਸਕਦਾ ਸਕੂਨ ਉਹਨਾਂ ਨੂੰ ਆਜ ਵੇ ਕਹਿੰਦੇ ਆ ਚਲੋ ਠੀਕ ਆ ਪਰ ਫਿਰ ਮੁੜ ਕੇ ਉਹਨਾਂ ਨੂੰ ਉਹੀ ਚੀਜ਼ ਕਰਨੀ ਪੈਦੀ ਆ ਸੋ ਇੱਕ ਵਾਰ ਇਹ ਚੀਜ਼ ਗਰੁੱਪ ਅੱਗੇ ਚੱਲ ਕੇ ਕੀ ਵਾਕਈ ਕਿਸੇ ਸੀਰੀਅਸ ਮੈਂਟਲ ਹੈਲਥ ਕੰਡੀਸ਼ਨ ਨੂੰ ਜਨਮ ਦੇ ਸਕਦੀ ਹੈ oh absolutely ਕਹਿੰਦਾ ਜਿਹੜਾ ਰੋਜ਼ਾਨਾ ਦਾ ਕੰਮ ਆ ਕਾਰਾ ਰਿਸ਼ਤੇ ਜਿਹੜੇ ਆ ਉਹਨਾਂ 'ਚ ਵੀ ਤਣਾਅ ਹੋ ਜਾਂਦੀ ਆ ਵਰਸ ਟੂ ਵਰਸ ਕੀ ਹੋ ਸਕਦਾ unfortunately a uh, suicide kudkushi okay. eh bhi you know ek bahut high risk ka har paknu mildi hai aawaz hun daay rashni daaga aaj jehdi problem di aap gall karni hai oh hai gi hai obsessive compulsive disorder ocd tusi sunya hona OCD ਕਿਹਾ ਜਾਂਦਾ ਵੀ ਇਸ ਬੰਦੇ ਨੂੰ OCD ਹੈ ਹੁਣ ਕੀ ਮਤਲਬ ਹੁੰਦਾ OCD ਦਾ ਜਦੋਂ ਆਪਾਂ ਕਿਸੇ ਚੀਜ਼ ਨੂੰ ਬਾਰ ਬਾਰ ਕਰਦੇ ਆ ਸਾਨੂੰ ਨਹੀਂ ਪਤਾ ਲੱਗਦਾ ਕਈ ਵਾਰੀ ਆਪਾਂ ਸਹਿਜ ਸੁਭਾਅ ਹੀ ਜੇ ਆਪਾਂ ਹੱਥ ਧੋ ਰਹੇ ਆ ਹਾਥੀ ਧੋਈ ਜਾਂਦੇ ਆ 10 10 15 15 ਵਾਰ ਆਪਾਂ ਹੱਥ ਧੋਨੇ ਆ ਜੇ ਲੋਕ ਲਗਾ ਦਿੱਤਾ ਪਰ ਰਾਤ ਨੂੰ ਸੌਣ ਲੱਗਿਆਂ ਲੋਕ ਚੈੱਕ ਕਰਨਾ ਹੈ ਜਾਂ ਬਾਹਰ ਜਾਣ ਲੱਗਿਆਂ ਲੋਕ ਚੈੱਕ ਕਰਨਾ 6 6 7 7 ਵਾਰੀ ਆਪਾਂ ਲੋਕ ਚੈੱਕ ਕਰਦੇ ਆ ਜੇ ਕੋਈ ਚੀਜ਼ ਸਾਫ਼ ਸਾਫ਼ ਵੀ ਪਈ ਹੋਈ ਹੈ ਆਇਲੈਂਡ ਦੇ ਉੱਤੇ ਜਾਂ ਤੁਹਾਡੇ ਡੈਕੋਰੇਸ਼ਨ ਜਿਹੜੀ ਤੁਹਾਡੀ ਕੈਬਿਨੇਟ ਹੈਗੀ ਉਹਦੇ ਵਿੱਚ ਜਾ ਜਾ ਕੇ ਉਸ ਚੀਜ਼ ਨੂੰ ਸਾਫ਼ ਕਰੀ ਜਾਣਾ ਸਾਨੂੰ ਲੱਗਦਾ ਵੀ ਅਸੀਂ ਕੁਝ ਗਲਤ ਥੋੜੀ ਕਰ ਰਹੇ ਆ ਅਸੀਂ ਤਾਂ ਠੀਕ ਕਰ ਰਹੇ ਆ ਪਰ ਕੀ ਲਿਮਟ ਹੈਗੀ ਹੈ ਕਿੰਨੀ ਕਿੰਨੀ ਟਾਈਮ ਤੱਕ ਉਹ ਚੀਜ਼ ਠੀਕ ਹੈ ਤੇ ਉਸ ਤੋਂ ਬਾਅਦ ਉਹ ਤੇ OCD ਦਾ ਲੇਬਲ ਲੱਗ ਜਾਂਦਾ ਅੱਜ ਸਾਡੇ ਨਾਲ ਇਹਦੇ ਬਾਰੇ ਗੱਲਬਾਤ ਕਰਨ ਲਈ ਗਰੁੱਪ ਸਹੋਤਾ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਗਰੁੱਪ ਕੋਰ ਸਹੋਤਾ ਰਜਿਸਟਰਡ ਕਲੀਨिकल ਕਾਉਂਸਲਰ ਨੇ ਪਹਿਲਾਂ ਵੀ ਤੁਸੀਂ ਇਹਨਾਂ ਦੇ ਨਾਲ ਇਸ ਸ਼ੋਅ ਦੇ ਵਿੱਚ ਗੱਲਬਾਤ ਸੁਣੀ ਹੈ ਸੋ ਗਰੁੱਪ ਦਾ ਸਵਾਗਤ ਕਰਦੇ ਹਾਂ ਗਰੁੱਪ ਸਤਿ ਸ਼੍ਰੀ ਅਕਾਲ ਐਂਡ ਹੈਪੀ ਫੈਮਿਲੀ ਡੇ ਥੈਂਕ ਯੂ ਸੋ ਮਾਚ ਸਭ ਸਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗਰੁੱਪ OCD ਦੀ ਗੱਲ ਕਰਾਂਗੇ ਹੈਨਾ ਅਬਸੈਸਿਵ ਕੰਪਲਸਿਵ ਡਿਸਆਰਡਰ ਜਿਹੜੇ ਸਾਡੇ ਲਿਸਨਰ ਸੁਣ ਰਹੇ ਨੇ लेमन so दी लैंग्वेज ਦੇ ਵਿੱਚ ਇਹ ਸਮਝਾਉਣਾ ਹੋਵੇ ਕੀ ਹੈ ओसीडी हां जी सो ओसीडी ਦਾ ਫੁੱਲ ਫਾਰਮ ਉਹ ਤਾਂ ਪਾਪ ਤੁਸੀਂ ਆਲਰੇਡੀ ਦੱਸ ਦਿੱਤਾ थैंक यू ऑब्सेसिव कंपल्सिव डिसऑर्डर ਇਹ ਇੱਕ ਮਾਨਸਿਕ ਰੋਗ ਆ ਹੈ ਨਿਊਰੋਸਾਈਕੀਆਟ੍ਰਿਕ ਦਿਮਾਗ ਦੀ ਸੌਰੀ ਦਿਮਾਗ ਦੀ ਬਿਮਾਰੀ ਆ ਸੋ ਇਹਨੂੰ ਕਈ ਵਾਰੀ ਅਸੀਂ ਵੈਮ ਜਾਂ ਸ਼ੱਕ ਦੀ ਬਿਮਾਰੀ ਕਹਿੰਦੇ ਆ ਸਭ ਤੋਂ ਸਿੰਪਲੈਸ ਐਕਸਪਲੇਨੇਸ਼ਨ ਇਹਦੀ ਮੋਸਟ ਲਾਈਕਲੀ ਇਹੇ ਹੋ ਸਕਦੀ ਆ ਅਮ ਪਰ ਇਹਨੂੰ ਸਮਝਣ ਲਈ ਸਾਨੂੰ ਇਹ OCD ਜਿਹੜਾ ਆ ਅਸੀਂ ਇਹਨੂੰ 3 categories ਚ ਬ੍ਰੇਕ ਡਾਊਨ ਕਰ ਸਕਦੇ ਆ ਪਹਿਲਾ ਹੈਗਾ ਆ O O for obsessions ਇਹ ਹੀ ਅਪਲਾਈ ਕਰਦੇ ਆ ਸਾਡੀ ਸੋਚਣੀ ਤੇ ਸਾਡੇ ਵਿਚਾਰਾਂ ਤੇ ਸਾਡੇ ਖਿਆਲਾਂ ਤੇ ਫਿਰ ਆ ਜਾਂਦਾ ਆ C हुँ. C ਹੈਗਾ ਆ compulsions ਇਹ ਹੈ ਅਪਲਾਈ ਕਰਦੇ ਸਾਡੀ ਬਿਹੇਵੀਅਰਸ ਤੇ ਤੇ d ਹੈਗਾ ਯਾ ਡਿਸਆਰਡਰ ਡਿਸਆਰਡਰ ਦਾ ਭਾਵ ਤਾਂ ਸਾਨੂੰ ਪਤਾ ਹੀ ਆ ਜਦੋਂ ਕੋਈ ਚੀਜ਼ ਨਾਰਮਲ ਤੋਂ ਹਟ ਕੇ ਹੋ ਜਾਵੇ ਤੇ ਉਹਦੇ ਕਾਰਨ ਤੁਹਾਡੀ ਜਿਹੜੀ ਰੋਜ਼ਾਨਾ ਜ਼ਿੰਦਗੀ ਆ ਉਹਦੇ ਚ ਵੀ ਹੋ ਸਕਦਾ ਕੋਈ ਨਾ ਕੋਈ ਰੁਕਾਵਟ ਪੈਦਾ ਹੋ ਜਾਵੇ ਰਾਈਟ ਪਰ ਜਿਹੜਾ ਇਹ ਅਬਸੈਸਿਵ ਥਿੰਕਿੰਗ ਆ ਜਿਹੜਾ ਕੋਈ OCD ਦਾ ਮਰੀਜ਼ ਆ ਉਹਦੇ ਚ ਤੇ ਨਾਰਮਲ ਪਰਸਨ ਚ ਕੀ ਫਰਕ ਆ ਜਿਹੜਾ ਕੋਈ ਨਾਰਮਲ ਪਰਸਨ ਆ ਤੁਸੀਂ ਲੈ ਲੋ ਮੈ ਲੈ ਲੋ ਸਾਨੂੰ ਇੱਕ ਦਿਨ 'ਚ 70000 ਖਿਆਲ ਆਉਂਦੇ ਆ 70000 ਯਾ ਯਸ ਪਰ ਜਿਹੜਾ ਕੋਈ OCD ਦਾ ਮਰੀਜ਼ ਆ ਉਹਨੂੰ ਜਿਹੜੇ ਥੌਟਸ ਆਉਂਦੇ ਆ ਉਹ ਇਰੈਸ਼ਨਲ ਹੁੰਦੇ ਆ ਰੈਪੀਟਿਟਿਵ ਹੁੰਦੇ ਆ ਤੇ ਡਿਸਟਰੈਸਫੁਲ ਹੁੰਦੇ ਆ ਇਹਦਾ ਕੀ ਮਤਲਬ ਹੈਗਾ ਯਾ ਉਹਨਾਂ ਨੂੰ ਕੋਈ ਇਹੋ ਜਿਹਾ ਖਿਆਲ ਆਉਂਦਾ ਆ ਜਿਹਦੇ ਕਾਰਨ ਉਹਨਾਂ ਨੂੰ ਤੰਗੀ ਹੁੰਦੀ ਆ ਘਬਰਾਹਟ ਹੁੰਦੀ ਆ ਫਿਕਰ ਹੁੰਦੀ ਆ ਤੇ ਉਹਦੇ ਨਾਲ ਨਿਚਠਣ ਵਾਸਤੇ ਉਹ ਕੋਈ ਨਾ ਕੋਈ ਕੰਮ ਕਰਦੇ ਆ ਪਰ ਇਹ ਪ੍ਰੋਬਲਮ ਇੱਥੇ ਹੋ ਜਾਂਦੀ ਹੈ ਜੇ ਉਹਨੂੰ ਇੱਕ ਵਾਰੀ ਕੰਮ ਕੀਤਾ ਤੋ ਤਸੱਲੀ ਨਹੀਂ ਹੁੰਦੀ ਇੱਥੇ ਇਹ ਅਬਸੈਸਿਵ ਕੰਪਲਸਿਵ ਡਿਸਆਰਡਰ ਜਿਹੜਾ ਆ ਇਹ ਇਹ ਫਰਕ ਹੋ ਜਾਂਦਾ ਹੈ ਮੈਂਟਲ ਇਲਨੈਸ ਬਣ ਜਾਂਦੀ ਹੈ ਕਿਉਂਕਿ ਉਹ ਇੱਕੋ ਹੀ ਬਿਹੇਵੀਅਰ ਜਿਹੜਾ ਆ ਉਹ ਬਾਰ-ਬਾਰ ਕੰਨ ਲੱਗ ਜਾਂਦੇ ਆ ਕਿਉਂਕਿ ਜਿਹੜੀ ਇਹ ਤਰਥੱਲੀ ਮੱਛੀ ਹੁੰਦੀ ਆ ਵਿਚਾਰਾਂ ਦੀ ਖਿਆਲਾਂ ਦੀ ਇਹ ਉਹਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਆ ਅੱਛਾ ਗੁਰੂ ਅਕਸਰ ਇਹ ਵੀ ਕਿਹਾ ਜਾਂਦਾ ਹੈ ਤੁਹਾਡੀ ਇਸੇ ਗੱਲ ਦੇ ਵਿੱਚੋਂ ਮੈਨੂੰ ਸਵਾਲ ਜ਼ਹਿਨ ਦੇ ਵਿੱਚ ਆਇਆ ਕਿ ਜਦੋਂ ਕੋਈ ਇਦਾਂ ਦੇ 네ਗੇਟਿਵ ਥਾਟਸ ਤੁਹਾਨੂੰ ਆਉਣ ਲੱਗ ਜਾਣ ਜਾਂ ਇਦਾਂ ਦੇ ਵਿਚਾਰ ਆਉਣ ਲੱਗ ਜਾਣ ਜਿਦੇ ਨਾਲ ਤੁਹਾਨੂੰ ਐਂਜ਼ਾਇਟੀ ਹੁੰਦੀ ਹੈ ਤਾਂ ਉੱਠ ਕੇ ਕੰਮ ਕਰਨਾ ਸ਼ੁਰੂ ਕਰ ਦੋ ਓ ਯੈਸ ਇੱਕ ਵਾਰੀ ਕਰ ਲਓ ਚਲੋ ਠੀਕ ਆ ਦੋ ਵਾਰੀ ਕਰ ਲਿਆ ਤਾਂ ਵੀ ਠੀਕ ਆ ਪਰ ਜੇ ਤੁਸੀਂ ਉਹੋ ਹੀ ਚੀਜ਼ بار بار ਮੰਨ ਲਓ ਜੇ ਮੈਂ ਆਪਣੇ ਹੱਥ ਦੋ ਵਾਰੀ ਧੋਂਦੀ ਆ ਤੁਸੀਂ ਕਲਨਲੀਨੈਸ ਜਾਂ ਕੰਟਾਮਿਨੇਸ਼ਨ OCD ਬਾਰੇ ਸ਼ੁਰੂ ਚ ਗੱਲ ਕੀਤੀ ਸੀਗੀ ਮੈਂ ਜਿਹੜੇ ਹੱਥ ਦੋ ਵਾਰੀ ਧੋਂਗੀ ਚਲੋ ਠੀਕ ਆ ਪਰ ਕੋਈ ਮਰੀਜ਼ ਹੁੰਦੇ ਆ ਉਹ ਤਾਂ 10-10 ਵਾਰੀ ਵੀ ਹੱਥ ਧੋਣ ਤੋਂ ਬਾਅਦ ਉਹਨੂੰ ਚੈਨ ਨਹੀਂ ਆਉਂਦਾ ਈ ਤੇ ਉਹ ਕਈ ਤਾਂ ਆਪਣੇ ਫੋਨ ਜੜਾ ਆ ਉਹ ਵੀ ਪਾਣੀ ਚ ਸਵਟ ਦਿੰਦੇ ਆ ਕਈਆਂ ਦੇ ਹੱਥ ਗਾਲ ਜੰਦੇ ਆ ਰਾਸ਼ ਹੋਣ ਲੱਗ ਪੈਂਦੀ ਆ ਖੂਨ ਬਗੜਨ ਲੱਗ ਜਾਂਦਾ ਆ ਪਰ ਫਿਰ ਵੀ ਜਿਹੜਾ ਹੋ ਇੱਕ ਕੀੜਾ ਆ ਮਨ ਚ ਤੇ ਮੈਨੂੰ ਬਾਰ-ਬਾਰ ਜਾ ਕੇ ਉਹੇ ਕੰਮ ਕਾਣਾ ਪੈਣਾ ਆ ਉਹ ਨਹੀਂ ਨਿਕਲਦਾ ਅੱਛਾ ਸੋ ਇਹਦਾ ਰੀਜ਼ਨ ਕੀ ਆ ਜੇ ਹੁਣ ਕੋਈ ਬੰਦਾ ਬਾਰ-ਬਾਰ ਆਪਣੇ ਹੱਥ ਧੋ ਰਿਹਾ ਤਾਂ ਕੀ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਉਹਨੂੰ ਕੋਈ ਪ੍ਰੋਬਲਮ ਹੈਗੀ ਆ ਜਾਂ ਪ੍ਰੋਬਲਮ ਦੀ ਸ਼ੁਰੂਆਤ ਹੈਗੀ ਹੈ ਐਬਸੋਲੂਟਲੀ ਤੇ ਇਹ ਹੀ ਸਾਡੀ ਯੂ نو ਸਾਡੀ ਕਲਚਰ ਚ ਸਾਡੇ ਸਾਡੀ ਕਮਿਊਨਿਟੀ ਚ ਇਹ Mental illness nu manana ehi bot baddasta pa, right? Yes. So yes, who knowledge jada hagi ya signs and symptoms vare mm -hmm. maybe meteke torjan hoda elaborate mm -hmm. karungi, mm -hmm. but absolutely, everyone deserves help. ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਾਂਗੇ ਜੀ OCD ਬਾਰੇ ਗਰੁੱਪ ਕਾਉਰਸ ਹੁੰਦਾ ਸਾਡੇ ਨਾਲ ਨੇ ਇਹਨਾਂ ਨਾਲ ਗੱਲ ਕਰ ਰਹੇ ਹੱਥ ਧੋਣ ਦੀ ਗੱਲ ਹੋਈ ਹੈ ਲੋਕ ਚੈੱਕ ਕਰਨ ਦੀ ਜਾਂ ਮਨ ਦੇ ਵਿੱਚ ਜਦੋਂ ਵਿਚਾਰ ਆਉਂਦੇ ਨੇ ਤੁਸੀਂ ਉੱਠ ਕੇ ਕਈ ਵਾਰੀ ਕੋਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹੋ ਕਿਹਾ ਵੀ ਜਾਂਦਾ ਹੈ ਕਿ ਕੋਈ ਵਿਚਾਰ ਮਨ ਦੇ ਵਿੱਚ ਆਇਆ ਜਦੋਂ ਆਪਣੇ ਆਪ ਨੂੰ ਬਿਜ਼ੀ ਰੱਖ ਲਓ ਲੇਕਿਨ ਉਹ ਬਿਜ਼ੀ ਰੱਖਣਾ ਕਿਤੇ ਕਿਸੇ ਹੋਰ ਤੁਹਾਨੂੰ ਬਿਮਾਰੀ ਵੱਲ ਕਿਸੇ ਹੋਰ ਮਾਨਸਿਕ ਰੋਗ ਵੱਲ ਤਾਂ ਨਹੀਂ ਲੈ ਕੇ ਜਾ ਰਿਹਾ ਗਰੁੱਪ OCD ਦੀ ਜਦੋਂ ਆਪਾਂ ਗੱਲ ਕਰਦੇ ਆਂ ਆਪਾਂ ਕਲੀਨਲਿਨੈਸ ਦੀ ਗੱਲ ਕੀਤੀ ਕਲੀਨ ਫਰੀਕ ਬੜਾ ਚਾਰਮੇ ਯੂਜ਼ ਕੀਤੀ ਜਾਂਦੀ ਹੈ ਸੋ ਬਹੁਤ ਸਾਰੀਆਂ ਸਬ ਟਾਈਪਸ ਵੀ ਹੈਗੀਆਂ OCD ਦੀਆਂ ਜੇ ਤੁਸੀਂ ਸਾਨੂੰ ਇੱਕ ਇੱਕ ਕਰਕੇ ਦੱਸ ਸਕੋ ਉਹਦਾ ਰੀਜ਼ਨ ਇਹ ਹੈਗਾ ਕਿ ਸਾਨੂੰ ਇੱਕ ਦੋ ਹੀ ਪਤਾ ਨੇ ਆਮ ਲੈ ਮੈਨੂੰ ਇਹ ਪਤਾ ਵੀ ਠੀਕ ਹੈ ਜੇ ਮੈਂ ਬਾਰ ਬਾਰ ਹੱਥ ਧੋਣਾ ਹੋ ਸਕਦਾ ਹੈ ਕਿਸੇ ਪ੍ਰੋਬਲਮ ਦੀ ਸ਼ੁਰੂਆਤ ਹੋਵੇ ਜੇ ਮੈਂ ਲੌਗਸ ਚੈੱਕ ਕਰਦਾ ਹੋ ਸਕਦਾ ਹੈ ਕਿਸੇ ਪ੍ਰੋਬਲਮ ਦੀ ਸ਼ੁਰੂਆਤ ਹੋਵੇ ਪਰ ਆਈ ਥਿੰਕ ਇਹਦੀਆਂ ਕਾਫੀ ਟਾਈਪਸ ਹੈਗੀਆਂ ਜੇ ਤੁਸੀਂ ਐਕਸਪਲੇਨ ਕਰ ਸਕੋ ਕਿ ਕਿੰਨੀਆਂ ਟਾਈਪਸ ਹੈਗੀਆਂ ਕੀ ਕੀ ਹੈਗਾ ਉਹਦੇ ਕੀ ਕੀ ਸਿੰਪਟਮਸ ਹੁੰਦੇ ਆ ਯੈਸ ਐਬਸੋਲੂਟਲੀ ਸੋ ਅਰਾਊਂਡ ਮੇਬੀ ਸ਼ਾਇਦ ਡਿਫਰੈਂਟ ਟਾਈਪਸ ਹੈਗੇ ਆ ਇੱਕ ਤਾਂ ਅਸੀਂ ਆਲਰੇਡੀ ਆਮ ਗੱਲ ਕਰ ਲਈ ਆ ਕਲੀਨਲਿਨੈਸ ਬਾਰੇ ਇਕ ਹੋਰ ਬਹੁਤ ਕਾਮਨ ਫਾਰਮ ਹੁੰਦਾ ਹੈ OCD ਦਾ ਉਹਨੂੰ ਕਹਿੰਦੇ ਆ ਹੋਰਡਿੰਗ ਜਾਂ ਕਲੈਕਟਿੰਗ ਸਾਮਾਨ ਇਕੱਠਾ ਕਰਨਾ ਯੈਸ ਇਹਦੇ ਚ ਜਿਹੜਾ ਮਰੀਜ਼ ਹੁੰਦਾ ਆ ਉਹ ਕਈ ਸਾਰਾ ਸਾਮਾਨ ਜਿਹੜਾ ਆ ਉਹ ਇਕੱਠਾ ਕਰਨ ਲੱਗ ਪੈਂਦਾ ਆ ਜਿਹੜਾ ਸਾਨੂੰ ਰੱਦੀ ਜਾਂ ਕਚਰਾ ਲੱਗਦਾ ਆ ਯੈਸ ਐਗਜ਼ੈਕਟਲੀ ਬਟ ਉਹਨਨੂੰ ਲੱਗਦਾ ਆ ਜੇ ਮੈਨੂੰ ਇਹ ਚੀਜ਼ ਦੀ ਪਤਾ ਨਹੀਂ ਕਿਹੜੇ ਸਮੇਂ ਲੋਰ ਪੈਜਵੇ ਸ ਕਈਆਂ ਦੀਆਂ ਕਈਆਂ ਦੀਆਂ ਜਿਹੜੀਆਂ ਅਲਮਾਰੀਆਂ ਹੁੰਦੀਆਂ ਆ ਉਹ ਭਰੀਆਂ ਹੁੰਦੀਆਂ ਆ 10 10 12 12 ਸਾਲ ਪੁਰਾਣੇ ਪਰਫਿਊਮ ਵੀ ਹੁੰਦੇ ਆ ਐਕਸਪਾਇਰ ਹੋਏ ਹੁੰਦੇ ਆ ਜਿਹੜੀ ਚਾਕਲੇਟਾਂ ਹੁੰਦਾ ਹੁੰਦੀਆਂ ਆ ਉਹਨਾਂ ਨੇ ਪਾਣੀ ਜਿਹਾ ਛੱਡਿਆ ਹੁੰਦਾ ਆ ਤੇ ਬਾਕੀ ਲੋਕ ਕਹਿੰਦੇ ਆ ਤੂੰ ਇਹ ਬਰਤ ਦਾ ਤਾਂ ਹੈ ਨਹੀਂਗਾ ਜਾਂ ਵਰਤੀ ਤਾਂ ਹੈ ਨਹੀਂਗੀ ਤੂੰ ਇਹਨੂੰ ਸੁੱਟ ਦੇ ਪਰ ਉਹਨਾਂ ਕੋ ਕੱਲ ਕੱਲ ਲੈ ਜਾ ਸਕਦੇ ਐਗਜ਼ੈਕਟਲੀ ਤੇ ਉਹਨਾਂ ਨੂੰ ਆਪਣਾ ਸਮਾਨ ਤੋਂ ਬਿਨਾ ਇੱਕ ਅਧੂਰਾਪਨ ਮਹਿਸੂਸ ਹੁੰਦਾ ਆ ਈਵਨ ਜਦੋਂ ਉਹ ਟਰੈਵਲ ਕਰਨ ਦੀ ਕੋਸ਼ਿਸ਼ ਕਰਦੇ ਆ ਸਾਰਾ ਬੋਰਾ ਬਿਸਤਰਾ ਨਾਲ ਹੀ ਲੈ ਕੇ ਜਾਂਦੇ ਆ ਸੋ ਇਹਨੂੰ ਅਸੀਂ ਹੋਰਡਿੰਗ ਜਾਂ ਕਲੈਕਟਿੰਗ ਓਸੀਡੀ ਕਹਿੰਦੇ ਆ ਜੀ ਜੀ ਹੂੰ ਹੂੰ ਅਗਲੀ ਕਿਹੜੀ ਹੈਗੀ ਹੈ ਜੀ ਹਾਂ ਜੀ ਹੋਰ ਇੱਕ ਹੈਗੀ ਆ ਹਾਰਮ ਤੇ ਡਾਊਟ ਬਾਰੇ ਅੱਛਾ ਤੁਸੀਂ ਆਲਰੇਡੀ ਇੱਕ ਐਗਜ਼ਾਮਪਲ ਦਿੱਤਾ ਹੈ ਚੈਕਿੰਗ ਦਾ ਇਹਦੇ 'ਚ ਕੋਈ ਵਿਅਕਤੀ ਜਿਹੜਾ ਹੁੰਦਾ ਹੈ ਉਹਨੂੰ ਲੱਗਦਾ ਹੈ ਖਰੇ ਮੇਰੇ ਕਰਕੇ ਮੇਰੇ ਘਰ ਨੂੰ ਅੱਗ ਨਾ ਲੱਗ ਜਾਏ ਕਿਤੇ ਸੋ ਉਹ ਬਾਰ-ਬਾਰ ਜਾ ਕੇ ਅੱਧਾ ਪੌਣਾ ਘੰਟਾ ਆਪਣੇ ਤਵੇ ਚੈੱਕ ਕਾਂਚੇ ਲਾ ਦਿੰਦਾ ਆ ਗੱਡੀ ਚ ਬੈੰਦਾ ਆ ਚਲੋ ਕੰਮ ਤੇ ਚੱਲਦੇ ਆ ਨਹੀਂ 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 ਤਸੱਲੀ ਜਾਈ ਨਹੀਂ ਹੋਈ ਇੱਕ ਵਾਰੀ ਹੋਰ ਦੇਖ ਲੈਂਦੇ ਆ ਘਰੇ ਨਿਆਣੇ ਆ ਘਰੇ ਬਜ਼ੁਰਗ ਆ ਮੈਂ ਇੱਕ ਵਾਰੀ ਹੋਰ ਚੈੱਕ ਕਰ ਲਮਾ ਪਰ ਉਹ ਅੱਧਾ ਪੌਣਾ ਘੰਟਾ ਐਸੇ ਹੀ ਕੰਮ ਚ ਲਾ ਦਿੰਦੇ ਆ ਤੇ ਹਾਰਮ ਦੇ ਅੰਡਰ ਇੱਕ ਹੋ ਰਾਜੰਦਾ ਆ ਉਹਦੇ ਚ ਜਿਹੜਾ ਮਰੀਜ਼ ਹੁੰਦਾ ਆ ਉਹਨੂੰ ਫਿਕਰ ਹੁੰਦੀ ਆ ਜੇ ਮੈਂ ਕਿਸੇ ਹੋਰ ਨੂੰ ਨੁਕਸਾਨ ਨਾ ਪਹੁੰਚਾ ਦਵਾਂ ਇਹਦੇ ਚ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਸਕਦੀ ਆ ਉਦਾਹਰਨ ਦੇ ਐਗਜ਼ਾਮਪਲ ਅਮ ਇਹਦੇ ਚ ਮੰਨ ਲਓ ਕੋਈ ਨਵਾਂ ਨਮਾ ਪਿਤਾ ਬਣਿਆ ਆ ਨਿਊ ਫਾਦਰ ਬਣਿਆ ਆ ਜਿਹੜਾ ਨਾਰਮਲ ਫਾਦਰ ਹੁੰਦਾ ਹੈ ਹੋ ਸਕਦਾ ਉਹਨੂੰ ਥੋੜੀ ਜਿਹੀ ਨਰਵਸਨੈਸ ਹੋਵੇ ਹੋਵੇ ਥੋੜਾ ਜਿਹਾ ਡਰ ਲੱਗਦਾ ਯੂ نو ਇਟਸ ਵੈਰੀ ਨਾਰਮਲ ਕਿਉਂਕਿ ਤਜਰਬਾ ਨਹੀਂ ਹੁੰਦਾ ਕਿਦਾ ਬੱਚੇ ਨੂੰ ਸੰਭਾਲਣਾ ਹੈ ਪਰ ਜਿਹੜਾ ਕੋਈ ওসিਡੀ ਦਾ ਮਰੀਜ਼ ਆ ਉਹ ਫਾਦਰ ਨੂੰ ਇਹ ਹੀ ਮਨ ਚੇ ਬਾਰ ਬਾਰ ਖਿਆਲ ਆਊਗਾ ਜਾਂ ਇਮੇਜ ਆਊਗੀ ਜੇ ਹੁਣ ਵੀ ਬੇਬੀ ਸੁੱਟ ਦਿੱਤਾ ਹੁਣ ਵੀ ਬੇਬੀ ਨੂੰ ਨੁਕਸਾਨ ਮੈਂ ਹੁਣ ਵੀ ਨੁਕਸਾਨ ਹੋ ਗਿਆ ਤੇ ਉਹਦੇ ਕਾਰਨ ਉਹ ਬੇਬੀ ਨੂੰ ਫੜਨਾ ਹੀ ਛੱਡ ਦੂਗਾ ਅੱਛਾ ਐਂਡ ਇਹ ਵੈਰੀ ਬੇਨਫੁਲ ਐਕਸਪੀਰੀਅੰਸ ਹੁੰਦਾ ਆ ਕਿਉਂਕਿ ਉਹ ਮਾੜਾ ਮਾੜਾ ਸੋਚ ਨਹੀਂ ਰਹੇ ਐਗਜੈਕਟਲੀ ਹੀ ਇਜ਼ ਨਾਟ ਅ ਬੈਡ ਫਾਦਰ ਬਟ ਉਹਨੂੰ ਵਹੀ ਹੁੰਦਾ ਆ ਜੇ ਮੇਰੇ ਕਾਨੇ ਇਨਨਾ ਖਤਰਾ ਬੇਬੀ ਨੂੰ ਖਤਰਾ ਆ ਜੀ ਸੋ ਮੈਨੂੰ ਮੈਂ ਆਪਣੇ ਆਪਣੀ ਵਰ ਮੂਵੀ ਕਰ ਲੈਂਦਾ ਸਿਚੁਏਸ਼ਨ ਸ਼ੋ ਇੱਕ ਮੈਜੀਕਲ ਥਿੰਕਿੰਗ ਵੀ ਹੁੰਦੀ ਹੈ ਕੋਈ ਯਾ ਇਹ ਹ ਤਾਂ ਬਹੁਤ ਜ਼ਿਆਦਾ ਕਾਮਨ ਆ ਇਨ ਫੈਕਟ ਮੇਰੇ ਕਲਾਈਂਟ ਲੋਟ ਤੇ ਆਈ ਸੀ ਦਿਸ ਅ ਲੋਟ ਇਹਦੇ ਚ ਜਿਹੜਾ ਕੋਈ ਵਿਅਕਤੀ ਹੁੰਦਾ ਆ ਉਹਨਾਂ ਨੂੰ ਇਹੀ ਲੱਗਦਾ ਆ ਜੇ ਮੈਂ ਇਹ ਕੁਝ ਕਰਨ ਨਾਲ ਜਾਂ ਨਾ ਕਰਨ ਦੇ ਨਾਲ ਕੋਈ ਬੁਰਾ ਹਾਦਸਾ ਜੜਾ ਆ ਉਹਨੂੰ ਮੈਂ ਰੋਕ ਸਕਦਾ ਆ ਰੋਕ ਸਕਦੀ ਆ ਕਈ ਵਾਰੀ ਇਸ ਕੈਟੇਗਰੀ ਚ ਲੋਕੀ ਅੰਧਵਿਸ਼ਵਾਸ ਜਿਹੜੇ ਆ ਉਹ ਚ ਵੀ ਬਹੁਤ ਪਰਵਾਸਾ ਰੱਖਦੇ ਆ ਜਾਂ ਉਹਨਾਂ ਨੂੰ ਡਰ ਹੁੰਦਾ ਆ ਮੇਰੇ ਕੰਨ ਕਿਤੇ ਕੋਈ ਅਪਸ਼ਗੁਣਾ ਹੋ ਜਵੇ ਅੱਛਾ ਸੋ ਐਗਜ਼ਾਮਪਲਸ ਇਹਦੇ ਕੀ ਹੋ ਸਕਤੇ ਆ ਮਨ ਲੋ ਲਾਲ ਰੰਗਾ ਲਾਲ ਰੰਗ ਜਿਹੜਾ ਆ ਉਹ ਖੂਨ ਦਾ ਖੂਨ ਦਾ ਰੰਗਾ ਸੋ ਕੋਈ ਲੋਕ ਹੁੰਦੇ ਆ ਉਹ ਕਹਿੰਦੇ ਆ ਯੂ نو ਇਸ ਕਮਰੇ ਚ ਇਹ ਕਮਰੇ ਦੀ ਪੇਂਟਿੰਗ ਸਾਰੀ ਜਿਹੜੀ ਆ ਉਹ ਲਾਲ ਰੰਗ ਦੀ ਆ ਮੈਂ ਚ ਇੱਚ ਨਹੀਂ ਬੜ ਸਕਦੀ ਨੋ ਮੈਟਰ ਵਟ ਐਂਡ ਇਟਸ ਫਨੀ ਕਿ ਕਿ ਜਿੱਥੇ ਅੱਜ ਅਸੀਂ ਬੈਠੇ ਹੋ ਆ ਅੱਛਾ ਮੈਂ ਇਹ ਐਕਚੁਅਲੀ ਨੋਟ ਕੀਤਾ ਹੈ ਮੇਰੇ ਕੋਈ ਜਾਣਕਾਰ ਹੈਗੇ ਹੈ ਜਿਹੜੇ ਵਾਈਟ ਸੋਫਾ ਵਾਈਟ ਬੈਡਸ਼ੀਟ ਤੇ ਨਹੀਂ ਬੈਠਦੇ ਉਹ ਅਸਾਂ ਕੋ ਅਸੀਂ ਅਸੀਂ ਹੱਸਦੇ ਹਾਂ ਉਹਨਾਂ ਤੇ ਕਿ ਤੁਹਾਨੂੰ ਕੀ ਹੈਗਾ ਲੇਕਿਨ ਉਹ ਕਹਿੰਦੇ ਨਹੀਂ ਨਹੀਂ ਮੈਂ ਵਾਈਟ ਤੇ ਨਹੀਂ ਬੈਣਾ ਉਹ ਹੋਰ ਕੁਝ ਵਿਛਾ ਲੈਣਾ ਜਾਂ ਕੋਈ ਕਾਲੇ ਰੰਗ ਦੀ ਚੇਅਰ ਖਿੱਚ ਲੈਣੀ ਹੈ ਵਾਈਟ ਬੈਡਸ਼ੀਟਸ ਤੇ ਨਹੀਂ ਸੌ ਸਕਦੇ ਇਹਦਾ ਕੀ ਰੀਜ਼ਨ ਹੁੰਦਾ ਹੈ ਐਗਜੈਕਟਲੀ ਇਹ ਹੀ ਉਹਨਾਂ ਨੇ ਤੇ ਮਨਚੇ ਆਪਣੇ ਆਪ ਹੀ ਰੂਲ ਬਣਾਇਆ ਹੁੰਦਾ ਆ ਜੇ ਜੇ ਮੈਂ ਇਸ ਚਾਦਰ ਤੇ ਬਹਿ ਜਾਂਦੀ ਆ ਤੇ ਇਹਦੇ ਕਾਰਨ ਕੁਝ ਬੁਰਾ ਹੋ ਜਾਣਾ ਹੋ ਸਕਦਾ ਯੂ نو ਕਿਸ ਦੀ ਮੌਤ ਵੀ ਹੋ ਜਾਵੇ ਅੱਛਾ ਸੋ ਇਟਸ ਅ ਵੈਰੀ ਹੈਵੀ ਫੀਲਿੰਗ ਟੂ ਸੈਟ ਵਿਦ ਸੋ ਇਸ ਕਰਕੇ ਉਹ ਉਹ ਚੀਜ਼ਾਂ ਅਵੋਇਡ ਕਰਨ ਲੱਗ ਪੈਂਦੇ ਆ ਅਮ ਕਈਆਂ ਨੂੰ ਇਹ ਵੀ ਹੁੰਦਾ ਆ ਜੇ ਯੂ نو ਮੈਂ ਕਿਸੇ ਕਮਰੇ ਚ ਜਾਣ ਤੋਂ ਪਹਿਲਾਂ 14 ਵਾਰੀ ਕਿਸੇ ਚੀਜ਼ ਨੂੰ ਟੈਪ ਕਰਨ ਆਇਆ ਤੇ ਉਸ ਤੋਂ ਬਾਅਦ ਹੀ ਮੇਰਾ ਦਿਨ ਠੀਕ ਰਹੂਗਾ ਕਈਆਂ ਨੂੰ ਹੁੰਦਾ ਆ ਅੱਜ ਮੇਰਾ ਦਿਨ ਵਧੀਆ ਲੰਘਿਆ ਜਿਹੜੀ ਪੋਜੀਸ਼ਨ ਜਮਰਾਤੀ ਸੁੱਤੀ ਸੀਗੀ ਮੈਂ ਐਗਜ਼ੈਕਟਲੀ ਉਸੇ ਪੋਜੀਸ਼ਨ ਚ ਸੌਣ ਆਇਆ ਬਸ਼ੱਕ ਮੇਰੀ ਗਾਰਡਨ ਵੀ ਦੁਖਣ ਲੱਗ ਪਵੇ ਅੱਜ ਮੈਨੂੰ ਹੋਰ ਵੀ ਯੂ ਨੋ ਜਿਨੀ ਮਾਜੀ ਤੰਗੀ ਹੋਵੇ ਸੋ ਇਹ ਮੈਂਟਲ ਰੂਲਸ ਦੇ ਰਿਚੂਅਲਸ ਬਰਾਂ ਲੈਂਦੇ ਆ ਲੋਕ ਆਪਣੇ ਆਪ ਦੇ ਅੰਦਰ ਹੀ ਕੈਸੀ ਸੋਚ ਡਿਵੈਲਪ ਕਰ ਲੈਂਦੇ ਆ ਤੇ ਕਿ ਇਦਾਂ ਹੀ ਕਰਨਾ ਹੈ ਤਾਂ ਇਦਾਂ ਹੋਏਗਾ ਮੈਂ ਦੇਖਿਆ ਕਿ ਬਹੁਤ ਵਾਰੀ ਲੋਕ 5 ਵਾਰੀ ਜਿਵੇਂ ਤੁਸੀਂ ਕਿਹਾ ਨਾ 14 ਵਾਰੀ 5 ਵਾਰੀ ਕੋਈ ਚੀਜ਼ ਟੱਚ ਕਰਨੀ ਹੈ ਯਾ ਇਸ ਤਰ੍ਹਾਂ ਦੇ ਆਮ ਅਸੀਂ ਦੇਖਦੇ ਆ ਇਹ ਚੀਜ਼ਾਂ ਪਰ ਅਸੀਂ ਕਈ ਵਾਰੀ ਸੋਚਦੇ ਨਹੀਂ ਆ ਵੀ ਕਿਉਂ ਇਦਾਂ ਹੋ ਰਿਹਾ ਹਾਂਜੀ ਜੀ ਜੀ ਕੋਈ ਹੋਰ ਵੀ ਟਾਈਪਸ ਹੈਗੀਆਂ ਗੁਰੂਪ ਹਾਂਜੀ ਹੋਰ ਵੀ ਟਾਈਪਸ ਹੈਗੀਆਂ ਯਾ ਸਿਮੈਟਰੀ ਇਹ ਚ ਜਿਹੜਾ ਕੋਈ ਵਿਅਕਤੀ ਹੁੰਦਾ ਆ ਉਹਨਾਂ ਨੂੰ ਆਪਣਾ ਸਮਾਨ ਜਿਹੜਾ ਆ ਇੱਕ ਸਰਟਨ ਆਰਡਰ ਚ ਚਾਹੀਦਾ ਹੁੰਦਾ ਆ ਸਰਟਨ ਸੀਕਵੈਂਸ ਇਹ ਤਾਂ ਬਹੁਤ ਕਾਮਨ ਹੈ ਵੈਰੀ ਵੈਰੀ ਕਾਮਨ ਤੇ ਕੋਈ ਵੀ ਚੀਜ਼ ਉੱਚ ਨੀਚ ਹੋ ਜਵੇ ਫਿਰ ਉਹਨਾਂ ਨੂੰ ਗੁੱਸਾ ਵੀ ਆਉਂਦਾ ਆ ਰਾਈਟ ਹੋ ਸਕਦਾ ਆ ਪਰਿਵਾਰ ਚ ਹੋਰ ਸਮ ਪੀਪਲ ਆਰ ਮੋਰ ਲੇਡ ਬੈਕ ਤੇ ਲੜਾਈਆਂ ਵੀ ਹੋ ਜਾਂਦੀਆਂ ਆ ਕਲੇਸ਼ ਯੂ نو ਸੋ ਇਹ ਸਿਮੈਟਰੀ ਓਸੀਡੀ ਜਿਹੜੀ ਆ ਇਹ ਕਈ ਵਾਰੀ ਪਰਫੈਕਸ਼ਨਿਜ਼ਮ ਚ ਵੀ ਬਦਲ ਸਕਦੇ ਆ ਹੁਣ ਹਰ ਇਨਸਾਨ ਹੈ ਹੱਥ ਵੀ ਸਭ ਤੋਂ ਹੁੰਦੇ ਨੇ ਲੌਕਸ ਵੀ ਸਾਰੇ ਚੈੱਕ ਕਰਦੇ ਨੇ ਜੇ ਕੋਈ ਥਾਟਸ ਤੁਹਾਨੂੰ ਆਉਂਦੇ ਨੇ ਉੱਠ ਕੇ ਕੰਮ ਵੀ ਸਾਰੇ ਕਰਦੇ ਨੇ ਪਰ ਕੀ ਕਾਰਨ ਹੈ ਕਿ ਉਹ ਇਹ ਜਿਹੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਆ ਤੁਹਾਡੀਆਂ ਜਿਹੜੀਆਂ ਡੇਲੀ ਹੈਬਿਟਸ ਨੇ ਉਹ ਉਸੇ ਢੇਰ ਚ ਤਬਦੀਲ ਹੋ ਜਾਂਦੀਆਂ ਯਾ ਅਮ ਵੈਲ ਸਭ ਤੋਂ ਬੇਸਿਕ ਐਕਸਪਲੇਨੇਸ਼ਨ ਤਾਂ ਇਹ ਹੀ ਆ ਜੇ ਸਾਡਾ ਜਿਹੜਾ ਮੈਂਟਲ ਫਿਲਟਰ ਸਿਸਟਮ ਹੁੰਦਾ ਹੈ ਦਿਮਾਗ 'ਚ ਸੋ ਜਿਹੜਾ ਬ੍ਰੇਨ ਹੁੰਦਾ ਆ ਉਹਨੂੰ ਥੋੜਾ ਜੀ ਸਮਝਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਰਾਈਟ ਸੋ ਜਿਹੜਾ ਅਮ ਮ ਨੋਰਮਲ ਹੈਲਥੀ ਬ੍ਰੇਨ ਹੁੰਦਾ ਆ ਉਹ ਤੇ ਇੱਕ ਮੈਂਟਲ ਫਿਲਟਰ ਸਿਸਟਮ ਹੁੰਦਾ ਆ ਜਿਹੜੇ ਅਨਾਬ ਸ਼ਨਾਬ ਫਜ਼ੂਲ ਦੇ ਉਡ ਪਟੰਗ ਜਿਹੜੇ ਵੀ ਖਿਆਲ ਆਉਂਦੇ ਆ ਉਹ ਫਿਲਟਰ ਜਿਹੜਾ ਆ ਉਹਨਾਂ ਨੂੰ ਰੋਕ ਦਿੰਦਾ ਆ ਜਿਵੇਂ ਛਾਨਣੀ ਚ ਆਪਾਂ ਕੋਈ ਚੀਜ਼ ਪਾਉਨੇ ਆ ਐਗਜੈਕਟਲੀ ਐਗਜੈਕਟਲੀ ਪਰ ਜਿਹੜਾ ਕੋਈ OCD ਦਾ ਮਰੀਜ਼ ਆ ਉਹਨਾਂ ਦੇ ਬ੍ਰੇਨ ਦੀ ਜਿਹੜੀ ਡਿਵੈਲਪਮੈਂਟ ਆ ਜਾਂ ਸਟਰਕਚਰਸ ਜਿਹੜੇ ਆ ਉਹਨਾਂ 'ਚੇ ਫਰਕ ਹੁੰਦਾ ਆ ਇਹਦੇ ਕਈ ਸਾਰੇ ਵਜ੍ਹਾ ਹੋ ਸਕਦੀਆਂ ਆ ਇੱਕ ਤਾਂ ਹੈਗਾ ਆ ਜਨੈਟਿਕਸ ਯੂ نو ਤੁਹਾਡੀ ਜੀਨਸ ਕੇ ਹੋ ਜੈ ਨਾ ਆ ਅਮ ਜੇ ਫਰਸਟ ਡਿਗਰੀ ਰਿਲੇਟਿਵ ਆ ਕੋਈ ਜਣਾ ਯਾ ਪਰਿਵਾਰ ਚ ਕੋਈ ਹੋਰ ਮੈਂਬਰ ਆ ਜਿਹਦੇ ਕੋਲ OCD ਜਾਂ OCD ਲਾਈਕ ਟੈਂਡੈਂਸੀਜ਼ ਆ ਆਟੋਮੈਟਿਕਲੀ ਤੁਹਾਡਾ ਰਿਸਕ ਜਿਹੜਾ ਆ ਤੁਹਾਡਾ ਖਤਰਾ ਜਿਹੜਾ ਆ ਉਹ ਵੱਧ ਜਾਂਦਾ ਆ ਦੂਜੀ ਗੱਲ ਹੁੰਦੀ ਆ ਕੋਈ ਸਟਰਕਚਰਸ ਜਿਹੜੇ ਹੁੰਦੇ ਫੋਰ ਐਗਜ਼ਾਮਪਲ ਬੇਸਲ ਗੈਂਗਲੀਆ ਅਮ ਸਿੰਗੂਲੇਟ ਗਾਇਰਸ ਇਹ ਸਾਰੇ ਨਾਮ ਆ ਬ੍ਰੇਨ ਸਟਰਕਚਰਸ ਦੇ ਇਹਨਾਂ ਚ ਖਰਾਬੀ ਹੁੰਦੀ ਆ ਵਾਂਸ ਅਗੇਨ ਇਹਦਾ ਐਗਜ਼ੈਕਟ ਕਾਰਨ ਜਿਹੜਾ ਆ ਉਹ ਅਜੇ ਤੱਕ ਰਿਸਰਚਰਸ ਯੂ نو exactly identify nahi kar paaye ਪਰ ਆਨਗੋਇੰਗ ਇਹ ਰਿਸਰਚ ਚੱਲਦੀ ਆ ਇੱਕ ਸਭ ਤੋਂ ਜ਼ਿਆਦਾ ਪ੍ਰੂਵਨ ਥਿਉਰੀ ਜਾਂ ਮੋਸਟ ਲਾਈਕਲੀ ਜਿਹੜੀ ਯੂ نو ਸੁਣਨ ਨੂੰ ਮਿਲਦੀ ਆ ਉਹ ਹੈਗੀ ਆ ਸੇਰੋਟੋਨਿਨ ਵਾਲੇ ਸੇਰੋਟੋਨਿਨ ਕੀ ਹੁੰਦਾ ਆ ਸੇਰੋਟੋਨਿਨ ਇੱਕ ਕੈਮੀਕਲ ਹੁੰਦਾ ਆ ਸਾਡੇ ਦਿਮਾਗ 'ਚ ਇਹ ਉਦੋਂ ਰਿਲੀਜ਼ ਹੁੰਦਾ ਆ ਜਦੋਂ ਸਾਨੂੰ ਕਿਸੇ ਚੀਜ਼ ਦੀ ਤਸੱਲੀ ਹੋ ਜਾਂਦੀ ਆ ਸੋ ਕੋਈ ਆਮ ਵਿਅਕਤੀ ਜਿਹੜਾ ਆ ਉਹਦੇ ਮਨ 'ਚ ਖਿਆਲ ਆਊਗਾ ਫਿਰ ਨਾਲ ਲੱਗਦਾ ਕੋਈ ਪ੍ਰੇਰਣਾ ਜਾਗੂਗੀ ਉਹਨਾਂ ਨੂੰ ਲੱਗੂਗਾ ਯੂ نو ਮੈਂ ਇਹ ਕੰਮ ਕਰਨਾ ਆ ਇੱਕ ਵਾਰੀ ਕਰ ਲਿਆ ਤਸੱਲੀ ਹੋ ਗਈ ਪਰ ਜਿਹੜਾ OCD ਦਾ ਕੋਈ ਮਰੀਜ਼ ਆ ਉਹਨੂੰ ਉਹ ਤਸੱਲੀ ਨਹੀਂ ਹੋਣੀ ਚਾਹੀਓ ਜਿੰਨੀ ਮਰਜ਼ੀ ਵਾਰੀ ਕਰੀ ਜਾਵੇ ਕਰੀ ਜਾਵੇ ਕੁਛ ਦੇ ਲਈ ਹੋ ਸਕਦਾ ਸਕੂਨ ਉਹਨਾਂ ਨੂੰ ਆ ਜਾਵੇ ਕਹਿੰਦੇ ਆ ਚਲੋ ਠੀਕ ਆ ਪਰ ਫਿਰ ਮੁੜ ਕੇ ਉਹਨਾਂ ਨੂੰ ਉਹੀ ਚੀਜ਼ ਕਰਨੀ ਪੈਂਦੀ ਆ ਸੋ ਇਹ ਕੁਝ ਕਾਜ਼ਸ ਆ ਅੱਛਾ ਗੁਰੂ ਜੇ ਹੁਣ ਜਿਨ੍ਹਾਂ ਨੇ ਸਾਡੀ ਇਹ ਡਿਸਕਸ਼ਨ ਸੁਣੀ ਹੈਗੀ ਹਾਂਜੀ ਕਈ ਵਾਰੀ ਆਪਾਂ ਰਿਲੇਟ ਕਰ ਲੈਂਦੇ ਆ ਵੀ ਹਾਂ ਮੈਂ ਇਹ ਕੰਮ ਕਰਦਾ ਜਾਂ ਕਰਦੀਆਂ ਜਾਂ ਮੇਰੀ ਫੈਮਲੀ ਵਿੱਚ ਕੋਈ ਕਰਦਾ ਜੇ ਆਪਾਂ ਨੂੰ ਲੱਗਦਾ ਵੀ ਆਪਣੀ ਫੈਮਲੀ ਦੇ ਵਿੱਚ ਕੋਈ ਇਸ ਪਾਸੇ ਵੱਲ ਤੁਰ ਰਿਹਾ ਜਿਹਨੂੰ OCD ਹੈਗੀ ਹੈ ਕਈ ਵਾਰੀ ਇਨਸਾਨ ਮੰਨਦਾ ਵੀ ਨਹੀਂ ਹੈ ਨਾ ਜੀ ਉਹਨੂੰ ਕਿਹਾ ਜਾਏ ਸੋ ਐਸ ਅ ਫੈਮਲੀ ਮੈਂਬਰ ਕੀ ਸਟੈਪ ਲੈਣਾ ਚਾਹੀਦਾ ਉਸ ਵੇਲੇ ਯਾ ਵਲ ਸਭ ਤੋਂ ਪਹਿਲਾਂ ਗੁੱਸਾ ਹੋਣਾ ਬਹੁਤ ਸੌਖਾ ਆ ਜਦੋਂ ਅਸੀਂ ਦੇਖਦੇ ਆ ਜੇ ਯੂ نو ਕੋਈ ਜਣਾ ਅੱਧਾ ਪੌਣਾ ਘੰਟਾ ਸਫਾਈ ਚਾਈ ਲਾਈ ਜਾਂਦਾ ਆ OCD ਦਾ ਇੱਕ ਬਹੁਤ ਇੰਪੋਰਟੈਂਟ ਕ੍ਰਾਈਟੇਰੀਆ ਹੁੰਦਾ ਆ ਜੇ ਦੋ ਹਫ਼ਤੇ ਲਈ ਹਰ ਰੋਜ਼ ਇੱਕ ਘੰਟਾ ਇਹ ਬਿਹੇਵੀਅਰਸ ਜਿਹੜੇ ਆ ਜੇ ਉਹ ਦਿਖਾਈ ਦੇਣ ਫਿਰ ਤੁਸੀਂ ਥੋੜਾ ਜਿਹਾ ਯੂ نو ਜਜਮੈਂਟ ਕਰ ਸਕਦੇ ਆ ਯੂ نو ਦੈ ਮੇਰੀ ਫੈਮਿਲੀ ਮੈਂਬਰ ਨੂੰ ਜਾਂ ਮੇਰੇ ਨੂੰ ਆਪਣੇ ਆਪ 'ਚ ਕੋਈ ਪ੍ਰੋਬਲਮ ਹੈਗੀ ਆ ਪਰ ਪਿਆਰ ਦੇ ਨਾਲ ਉਹਨੂੰ ਜੈਂਟਲੀ ਅਪਰੋਚ ਕਰਨਾ ਆਪਣਾ ਵੀ ਰਿਸਰਚ ਕਰੋ ਮੇਬੀ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਦਾ ਡਾਕਟਰ ਦੇ ਜਾ ਸਕਦੇ ਆ ਯੂ نو ਪੇਸ਼ੈਂਟਸ ਦੇ ਨਾਲ ਤੁਸੀਂ ਇਹ ਗੱਲ ਅਪਰੋਚ ਕਰੋ ਕਿਉਂਕਿ ਡਿਫੈਂਸਿਵਨੈਸ ਬਹੁਤ ਹੁੰਦੀ ਆ ਜੇ ਯੂ نو ਤਿੰਨੂ ਕੀ ਹੋਇਆ ਆ ਮੈਂ ਤਾਂ ਬਿਲਕੁਲ ਠੀਕ ਆ ਇਹ ਕਈ ਵਾਰੀ ਸਾਨੂੰ ਸੁਣਨ ਨੂੰ ਮਿਲਦਾ ਆ ਤੂੰ 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 ਨਹੀਂ ਸਫਾਈ ਕਰਨਾ ਚਾਹੁੰਦੀ ਇਸ ਕਰਕੇ ਤੂੰ ਇਦਾਂ ਕਹਿੰਦੀ ਆ ਮੈਨੂੰ ਇਹ ਕੀੰਦਾ ਆ ਰੇਸ ਆ ਦੇ ਕੋਰਾਂਚ ਆਮ ਕਨਵਰਸੇਸ਼ਨ ਹੁੰਦੀ ਐ ਅੱਛਾ ਇਹ ਵੀ ਮਤਲਬ ਨਹੀਂ ਹੈਗਾ ਵੀ ਜਿਹੜੇ ਹੁਣ ਸਾਨੂੰ ਪਤਾ ਹੈ ਕਿ ਆ ਨਾਰਮਲੀ ਜੇ ਆਪਾਂ ਆਪਣੀ ਕਮਿਊਨਿਟੀ ਦੇ ਘਰਾਂ ਦੀ ਗੱਲ ਕਰਦੇ ਹਾਂ ਨਾ ਤਾਂ ਲੇਡੀਜ਼ ਜ਼ਿਆਦਾ ਸਫਾਈ ਵੱਲ ਧਿਆਨ ਦਿੰਦੀਆਂ ਨੇ ਸੋ ਇਹ ਨਹੀਂ ਹੈਗਾ ਵੀ ਸਫਾਈ ਕਰਨੀ ਬੰਦ ਕਰ ਦੇਣਾ ਸੋ ਸੋਣ ਸੋਚਣ ਕਿ ਜੈਸਮਿਨ ਤੇ ਗੁਰੂਪ ਨੇ ਕਿਹਾ ਵੀ ਸਫਾਈ ਕਰਨਾ ਨੋ OCD ਐ ਸੋ ਉਹ ਚੀਜ਼ ਨਹੀਂ ਕਹਿ ਰਹੇ ਪਰ ਗੁਰੂਪ ਕਿਵੇਂ ਪਤਾ ਲੱਗੇ ਇੱਕ ਆਮ ਇਨਸਾਨ ਨੂੰ ਜਿਹੜਾ ਜਿਹੜਾ ਕਲੀਨ ਫਰੀਕ ਐ ਹਾਂ ਜੀ ਜਿਹੜਾ ਆਈਲੈਂਡ बार बार ਸਾਫ ਕਰ ਰਿਹਾ ਹੈ ਜਾਂ ਤੁਸੀਂ ਕੋਈ ਚੀਜ਼ ਸਾਫ ਕਰ ਰਹੇ ਹੋ ਸਕਦਾ ਹੈ ਕਿ ਉੱਥੇ ਗੰਦ ਪੈ ਗਿਆ ਤੁਸੀਂ ਕਲੀਨ ਕਰ ਦਿੱਤਾ that's a natural thing yes, right ਪਰ ਕਿੰਨੀ ਕਵਾਰੀ ਕਰਨ ਤੋਂ ਬਾਅਦ ਇਨਸਾਨ ਨੂੰ ਇਹ ਇਹ ਲੱਗੇ ਪਤਾ ਲੱਗੇ ਕਿ ਹਾਂ ਮੈਨੂੰ ਇਹ ਪ੍ਰੋਬਲਮ ਹੈ ਮੈਨੂੰ ਜਾ ਕੇ ਕਿਸੇ ਦੀ ਐਡਵਾਈਸ ਲੈਣੀ ਚਾਹੀਦੀ ਹੈ यस um ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਦੱਸ ਸਕਦੀ ਆ ਜਿਹੜਾ ਆ ਕੋਵਿਡ ਹੋਇਆ ਸੀਗਾ ਉਹੋ ਟਾਈਮ ਇੱਕ ਬਹੁਤ ਜ਼ਿਆਦਾ ਰਿਸਕੀ ਪੀਰੀਅਡ ਸੀਗਾ ਜਿਹਨੂੰ OCD ਦੀ ਪ੍ਰੋਬਲਮ ਹੈਗੀ ਆ right ਜਿਹੜਾ ਕੋਈ ਮੈਂ ਅਰਚੇ ਇੱਕ ਕਲਾਇੰਟ ਐਗਜ਼ਾਮਪਲ ਮੈਂ ਦੇ ਸਕਦੀ ਆ ਉਹਨੂੰ ਇਹ ਲੱਗਦਾ ਸੀਗਾ ਜੇ ਜਦੋਂ ਮੈਂ ਕਿਸੇ ਚੀਜ਼ ਨੂੰ ਬਣਾਉਣਾ ਆ ਫੋਰ ਐਗਜ਼ਾਮਪਲ ਮੈਂ ਪੈਕਟ ਖੋਲਿਆ ਨੂਡਲਸ ਦਾ ਓਕੇ ਹੱਥ ਧੋਲੇ ਓਕੇ ਹੁਣ ਮੈਂ ਕੁਛ ਹੋਰ ਕੁਸ਼ ਹੋਰ ਐਡੀਟਿਵ ਕੁਛ ਹੋਰ ਚੀਜ਼ ਪਾਉਣੀ ਆ ਵੀ ਚਾਹੀ ਫਿਰ ਮੜ ਕੇ ਹੱਥ ਧੋਲੇ ਅੱਛਾ ਫਿਰ ਜਦੋਂ ਮੈਂ ਪਲੇਟ ਕੱਢਣੀ ਆ ਹੋ ਸਕਦਾ ਇਹ ਪਲੇਟ ਗੱਦੀ ਆ ਇਹਨੂੰ ਵੀ ਮੈਂ ਧੋਣ ਲੱਗ ਪਾਵਾਂ ਫਿਰ ਮੈਂ ਉਹ ਪਲੇਟ 'ਚ ਆਪਣਾ ਖਾਣਾ ਪਾ ਦਵਾਂ ਪਰ ਕਿਸ ਨੂੰ ਪਰੋਸਣ ਤੋਂ ਪਹਿਲਾਂ ਹੋ ਸਕਦਾ ਆ ਜੇ ਯੂ نو ਮੇਰੇ ਚ ਕੋਈ ਜਰਮਸ ਆ ਸੋ ਮੈਂ ਮਾਸਕ ਲਾ ਕੇ ਫੇਰੀ ਜਾਂਦੀ ਆ ਇਹ ਥੋੜਾ ਜਿਹਾ ਐਕਸੈਸਿਵ ਹੋ ਜਾਂਦਾ ਆ ਤੇ ਇਹ ਬਿਹੇਵੀਅਰ ਜਿਹੜੇ ਆ ਕਾਫੀ ਯੂ نو ਤੁਹਾਨੂੰ ਦਿਖਣ ਨੂੰ ਮਿਲ ਸਕਦੇ ਉਹ ਕੋਵਿਡ ਦੇ ਟਾਈਮ ਚ اسپੈਸ਼ਲੀ ਅੱਛਾ ਗੁਰੂਪ ਕੀ ਹੁਣ ਤੁਸੀਂ ਐਜ਼ ਅ ਕਾਉਂਸਲਰ ਵੀ ਕੰਮ ਕਰ ਰਹੇ ਹੋ ਹੈਨਾ ਆਪਣੀ ਕਮਿਊਨਿਟੀ ਦੇ ਵਿੱਚ ਕੀ ਲੋਕ ਆਉਂਦੇ ਨੇ ਇਸ ਚੀਜ਼ ਬਾਰੇ ਜਿਹੜੀ ਗੱਲਬਾਤ ਹੈਗੀ ਐ ਉਹ ਕਰਨੀ ਸ਼ੁਰੂ ਹੋ ਗਈ ਹੈ ਕਿ ਹਜੇ ਵੀ ਉਹ ਜਿਹੜਾ ਸ਼ੇਮ ਤੇ ਬਲੇਮ ਦਾ ਸਟਿਗਮਾ ਹੈ ਉਹ ਹੈਗਾ ਕਿ ਨਹੀਂ ਅਸੀਂ ਗੱਲ ਨਹੀਂ ਕਰਨੀ ਯਾ ਯਾ Um I think younger generation jodi ya oh ho thori zyada open are honesta par eh struggle hai ki aj tak jehdi older generation a orally thoda ja akhaya it's still ongoing oh mande nahi ke eh zyadi bimari ho sakdi hai par eh cheez group agge chal ke ki vaqai kisi serious mental health condition nu janm de sakdi hai oh absolutely kada jara rozana da kaam ma kara rishte jehde a ohna ch vi tanav ho jandi a um ਇਹ ਯੂਜੂਅਲੀ ਬੱਧੀਆ ਇਹ ਆਪਣੇ ਆਪ ਘਟੋਗੀ ਨਹੀਂ ਆਪਣੇ ਆਪ ਠੀਕ ਨਹੀਂ ਹੋਣਾ ਨਾ ਆਪਾਂ ਕਹੀਏ ਵੀ ਟਾਈਮ ਦੇ ਨਾਲ ਠੀਕ ਹੋ ਜਾਣੀ ਨਾ ਟ੍ਰੀਟਮੈਂਟ ਇਜ਼ ਵੈਰੀ ਇੰਪੋਰਟੈਂਟ ਗੁਰੂ ਪਾਪਾ ਟ੍ਰੀਟਮੈਂਟ ਦੀ ਗੱਲ ਕੀਤੀ ਸੀ ਸਾਨੂੰ ਦੱਸੋ ਜੀ ਕਿ ਜੇ ਕੋਈ ਬੰਦਾ ਤੁਹਾਨੂੰ ਅਪਰੋਚ ਕਰਦਾ ਹੈ ਤਾਂ ਕਈ ਵਾਰੀ ਮਨ ਚ ਡਰ ਹੁੰਦਾ ਵੀ ਪਤਾ ਨਹੀਂ ਕਿੱਦਾਂ ਦਾ ਇਲਾਜ ਹੋਊਗਾ ਕੀ ਕਰਨਗੇ ਹਨਾ ਇੱਕ ਸਟਿਗਮਾ ਵੀ ਹੁੰਦਾ ਕਿ ਅਸੀਂ ਨਹੀਂ ਜਾਣਾ ਹੈਗਾ ਕਾਉਂਸਲਰਸ ਦੇ ਕੋਲ ਨਹੀਂ ਜਾਣਾ ਸੋ ਟ੍ਰੀਟਮੈਂਟ ਕਿਸ ਤਰ੍ਹਾਂ ਦਾ ਹੁੰਦਾ ਹਾਂਜੀ ਆ ਟ੍ਰੀਟਮੈਂਟ ਯੂਜੂਅਲੀ ਬੈਸਟ ਉਹ ਹੀ ਹੁੰਦਾ ਜਿਹੜਾ ਅਸੀਂ ਕੰਬੀਨੇਸ਼ਨ ਚ ਕਰਦੇ ਆ ਸੋ ਕੱਲੀ ਥੈਰਪੀ ਜਿਹੜੀ ਆ ਉਹ ਵੀ ਬਹੁਤੀ ਵਾਰੀ ਕੰਮ ਨਹੀਂ ਕਰਦੀ ਕਿਉਂਕਿ ਜਿਹੜੇ ਓਸੀਡੀ ਦੇ ਮਰੀਜ਼ ਹੁੰਦੇ ਆ ਉਹਨਾਂ ਦੀ ਐਂਗਜ਼ਾਇਟੀ ਆਲਰੇਡੀ ਬਹੁਤ ਹਾਈ ਹੁੰਦੀ ਆ ਸੋ ਯੂਜੂਅਲੀ ਅਸੀਂ ਰეკਮੈਂਡ ਕਰਦੇ ਆ ਐਸ ਐਸ ਆਰ ਆਈਜ਼ ਇਹ ਹੁੰਦੇ ਆ ਸਿਲੈਕਟਿਵ ਸੇਰੋਟੋਨਿਨ ਰੀਅਪਟਿਕ ਇਨਹਿਬਿਟਰਸ ਇਹ ਹੈ ਜਿਹੜੀ ਉਹ ਸੇਰੋਟੋਨਿਨ ਵਾਲੀ ਕੈਮੀਕਲ ਜਿਹਦੇ ਬਾਰੇ ਮੈਂ ਗੱਲ ਕੀਤੀ ਸੀਗੀ ਉਹਨਾਂ ਨੂੰ ਵਧਾਉਂਦੇ ਆ ਅੱਛਾ ਫਿਰ ਇਨ ਕੰਬੀਨੇਸ਼ਨ ਅਸੀਂ ਟਾਕ ਥੈਰੇਪੀ ਜਾਂ ਇੱਕ ਹੋਰ ਬਹੁਤ ਪਪੂਲਰ ਪ੍ਰੂਵਨ ਮੈਥਡ ਹੈਗਾ ਆ exposure and response prevention therapy acha ehe ida che tusi jedi bhi cheez to tanu dar lagda ya asi safely tanu osi cheez nu expose karde ya um i think mai example de sakdi ha if you like ya so man lo kise new contamination ocd ya ona nu you know gandagi to kabra hat hundi ya asi ona nu kongge aha toilet seat ta ethe apna hath rakh acha pher asi onu kongge okay ਉਹ ਤੂੰ ਆਪਣੇ ਹੱਥ ਐਕਵਰੀਟੋਲਾ ਇੱਕ ਵਾਰੀ ਤਸੱਲੀ ਦੇ ਨਾਲ ਸਾਬਣ ਲਾ ਕੇ ਪ੍ਰੋਪਰ ਯੂ نو ਹੈਂਡ ਵਾਸ਼ਿੰਗ ਕਰ ਲਓ ਐਂਡ ਦੈਟਸ ਇਟ ਬਟ ਤੁਸੀਂ ਇਮੇਜਿਨ ਕਰ ਸਕਦੇ ਆ ਜਿਹੜਾ OCD ਦਾ ਮਰੀਜ਼ ਆ ਉਹ ਕੋ ਗਾ ਨੋ ਮੈਨੂ ਫੇਮ ਰੋਕੀ ਕਾ ਨਹੀਂ ਪਹਿਣੀ ਯੂ نو ਇਹ ਸਾਰਾ ਪ੍ਰੋਸੈਸ ਮੈਨੂ ਫੇਮ ਰੋਕੀ ਕਰਾ ਅਸੀਂ ਉਸ ਟਾਈਮ ਜਿਹੜਾ ਹੁੰਦਾ ਹੈ ਸਾਈਕਲ ਦਾ ਜਿਹੜਾ ਉਹ ਹਾਈਐਸਟ ਐਂਗਜ਼ਾਇਟੀ ਟਾਈਮ ਹੁੰਦਾ ਆ ਉਹਨਾਂ ਚ ਐਸੀ ਉਹਨਾਂ ਨੂੰ ਸਪੋਰਟ ਕਰਨਾ ਹੁੰਦਾ ਆ ਸਖੌਣਾ ਹੁੰਦਾ ਆ ਜਿਹੇ ਜਿਹੜੀ ਐਂਗਜ਼ਾਇਟੀ ਆ ਇਹ ਸੀ ਸੈਸ ਸਕਦੇ ਆ ਇਤਨਾ ਅਸੀਂ ਅਸੀਂ ਬੈਠ ਸਕਦੇ ਆ ਕੁਝ ਵੀ ਨਹੀਂ ਹੋਣਾ ਸੋ ਇਨ ਐਕਸਪੋਜ਼ਰ ਐਂਡ ਰਿਸਪੌਂਸ ਪ੍ਰੀਵੈਂਸ਼ਨ ਕਰੰਦੇ ਆ ਸੋ ਇਹਨਾ ਹਾਰਡ ਨਹੀਂ ਹੈ ਜੇ ਕੋਈ ਸੋਚ ਰਿਹਾ ਹੈ ਅੱਜ ਦੀ ਗੱਲਬਾਤ ਸੁਣ ਕੇ ਕਿ ਮੈਨੂੰ ਟ੍ਰੀਟਮੈਂਟ ਲੈਣਾ ਚਾਹੀਦਾ ਤਾਂ ਤੁਸੀਂ ਜ਼ਰੂਰ ਅਪਰੋਚ ਕਰੋ ਜੀ ਕਿਉਂਕਿ ਗਰੁੱਪ OCD ਦੇ ਜਿਹੜੇ ਪੇਸ਼IENTS ਹੈ ਜੇ ਉਹ ਟ੍ਰੀਟਮੈਂਟ ਨਹੀਂ ਲੈਂਦੇ ਵਰਸ ਟੂ ਵਰਸ ਕੀ ਹੋ ਸਕਦਾ ਅਨਫੋਰਚਨਟਲੀ ਸੁਸਾਈਡ ਕੁਦਕੁਸ਼ੀ ਇਹ ਵੀ ਯੂ ਨੋ ਇੱਕ ਬਹੁਤ ਹਾਈ ਰਿਸਕ ਆ ਪਰ ਅਸੀਂ ਹੋਪ ਕਰਦੇ ਆ ਜੇ ਇਸ ਪੁਆਇੰਟ ਤੱਕ ਨਾਈਟ ਤੱਕ ਕੋਈ ਨਾ ਪਹੁੰਚੇ ਐਗਜੈਕਟਲੀ ਪਰ ਉਹਨਾਂ ਦੇ ਜਿਹੜੇ ਕੰਮ ਕੰਮ ਤੇ ਜਣਾ ਆਖਾ ਹੋ ਜਾਂਦਾ ਆ ਕਈਆਂ ਨੂੰ ਆਪਣੇ ਜਿਹੜੇ ਰਿਸ਼ਤੇ ਆ ਉਹ ਉੱਚੇ ਵੀ ਕਲੇਸ਼ ਪੈਦਾ ਹੋ ਜਾਂਦੀ ਆ ਸੋ ਇਹ ਤੁਹਾਡੀ ਕੁਆਲਿਟੀ ਆਫ ਲਾਈਫ ਜਿਹੜੀ ਆ ਸਫਰ ਕਰਦੀ ਐ ਐਗਜੈਕਟਲੀ ਯਾ ਉਸ ਤੋਂ ਬਾਅਦ ਜਿਹੜੇ ਮੈਂਟਲ ਹੈਲਥ ਇਸ਼ੂਸ ਹਨ ਹੋਰ ਵੀ ਹੋ ਸਕਦੇ ਬਿਲਕੁਲ ਅੱਛਾ ਇੱਕ ਹੋਰ ਚੀਜ਼ ਗੁਰੂ ਡਿਸਕਸ ਕਰਨਾ ਚਾਹਾਂਗੀ ਕਿ ਹਰ ਇਨਸਾਨ ਦਾ ਦਿਲ ਕਰਦਾ ਹੁੰਦਾ ਕਿ ਉਹ ਪਰਫੈਕਟ ਹੋਵੇ ਆਪਣੀ ਲਾਈਫ ਦੇ ਵਿੱਚ ਸਾਨੂੰ ਹਰ ਚੀਜ਼ ਬੜੀ ਪਰਫੈਕਟ ਚਾਹੀਦੀ ਹੈ ਹੈਨਾ ਔਰ ਚੰਗੀ ਵੀ ਗੱਲ ਹੈ ਜੇ ਅਸੀਂ ਹਰ ਚੀਜ਼ ਪਰਫੈਕਟ ਚਾਹਨੇ ਆ ਆਪਣੀ ਲਾਈਫ 'ਚ ਕੋਈ ਮਾੜੀ ਗੱਲ ਨਹੀਂ ਹੈ ਪਰਫੈਕਸ਼ਨਿਸਟ ਦਾ ਟੈਗ ਸਾਨੂੰ ਚੰਗਾ ਲੱਗਦਾ ਜੇ ਸਾਨੂੰ ਕੋਈ ਲਗਾ ਦੇਵੇ ਨਾ ਵੀ ਇਹ ਤਾਂ ਪਰਫੈਕਟ ਹੈਗਾ ਇਨਸਾਨ ਪਰਫੈਕਟ ਹੈ ਕੀ ਡਿਫਰੈਂਟ ਕੀ ਡਿਫਰੈਂਸ ਹੈਗਾ ਇੱਕ ਪਰਫੈਕਸ਼ਨਿਸਟ ਦੇ ਵਿੱਚ ਤੇ ਇੱਕ OCD ਵਾਲੇ ਪਰਫੈਕਸ਼ਨਿਸਟ ਦੇ ਵਿੱਚ ਓਕੇ ਸੋ ਪਰਫੈਕਸ਼ਨਿਸਟ ਜਿਹੜੇ ਹੁੰਦੇ ਆ ਇਹ ਇੱਕ ਪਰਸਨੈਲਿਟੀ ਟ੍ਰੇਟ ਆ ਇਹ ਸਾਡੀ ਪਰਸਨੈਲਿਟੀ ਦਾ ਹਿੱਸਾ ਬਣ ਜਾਂਦਾ ਆ ਪਰਸਨਲੀ ਮੈਂ ਵੀ ਆਈਡੈਂਟੀਫਾਈ ਕਰਦੀ ਆ ਐਜ਼ ਅ ਪਰਫੈਕਸ਼ਨਿਸਟ ਸ਼ੁਰੂ ਤੋਂ ਮੈਂ ਹੀ ਸੁਣਿਆ ਆ ਓ ਗੁਰੂ ਯੂ ਆਰ ਸੱਚ ਅ ਪਰਫੈਕਸ਼ਨਿਸਟ ਤੇ ਉਹ ਸੁਣਨਾ ਚੰਗਾ ਵੀ ਲੱਗਦਾ ਐਬਸੋਲੂਟਲੀ ਕਿਉਂਕਿ ਜਿਹੜਾ ਜੇ ਇਹ ਟ੍ਰੇਟ ਹੁੰਦੀ ਆ ਉਹ ਸਕਸੈਸਫੁਲ ਵੀ ਹੁੰਦੇ ਆ ਉਹਨਾਂ ਉਹਨਾਂ ਜਿਹੜੇ ਜਿਹੜੀ ਵੀ ਚੀਜ਼ ਉਹਨਾਂ ਦੀ ਰਿਸਪੌਂਸਿਬਿਲਟੀ ਹੁੰਦੀ ਆ ਉਹ ਵਧੀਆ ਕਰਦੇ ਯੂਜੂਅਲੀ ਰਾਈਟ ਪਰ ਇਹਦੇ ਚ ਤੇ ਓਸੀਡੀ ਚ ਕੀ ਫਰਕ ਆ ओसीडी ਦਾ ਜਰਾ ਮਰੀ ਮਰੀਜ਼ਾ ਉਹ ਇਹ ਕੋਸ਼ੀ ਕਰੂਗਾ ਸਮ ਦੇਖਣ ਨੂੰ ਤਾਂ ਇਹ ਕੋਸ਼ੀ ਹੁਣ ਆਇਆ ਇਹ ਕੁਝ ਲੱਛਣ ਹੁੰਦੇ ਆ ਪਰ ਉਹਨਾਂ ਦੇ ਮਨ 'ਚ ਇਹ ਹੁੰਦਾ ਆ ਜੇ ਮੈਂ ਇਦਾਂ ਜੇ ਨਹੀਂ ਕੀਤਾ ਫਿਰ ਪਤਾ ਨਹੀਂ ਕੀ ਹੋ ਜਾਣਾ ਉਹ ਡਰ ਹੁੰਦਾ ਆ ਮੋਰ ਫੇਰਿੰਗ ਫੈਕਟਰ ਜਿਹੜਾ ਆ ਉਹ ਡਰ ਹੁੰਦਾ ਆ ਪਰਫੈਕਸ਼ਨਿਸਟ ਜਿਹੜਾ ਹੁੰਦਾ ਆ ਉਹਨਾਂ ਨੂੰ ਤਸੱਲੀ ਹੁੰਦੀ ਆ ਪ੍ਰੀਫਰੈਂਸ ਹੁੰਦੀ ਆ ਉਹਨਾਂ ਦੀ ਇੱਛਾ ਹੁੰਦੀ ਆ ਆਈ ਡੋਨਟ ਏਨਜॉयਮੈਂਟ ਯੂਜੂਲੀ ਹੁੰਦੀ ਆ ਰਾਈਟ ਇੱਕ ਐਗਜ਼ਾਮਪਲ ਮੈਂ ਦੇ ਸਕਦੀ ਆ ਅਮ ਪਰਸਨਲੀ ਮੈਂ ਜਦੋਂ ਜਿਮ ਜਾਂਦੀ ਆ ਉੱਥੇ ਵੇਟਸ ਰੱਖੇ ਹੁੰਦੇ ਆ ਭਾਰ ਰੱਖੇ ਹੁੰਦੇ ਆ ਸਭ ਤੋਂ ਹਲਕੇ ਜਿਹੜੇ ਜਿਹੜੇ ਹੁੰਦੇ ਆ ਉੱਤੇ ਹੁੰਦੇ ਆ ਸਭ ਤੋਂ ਭਾਰੇ ਜਿਹੜੇ ਥੱਲੇ ਹੁੰਦੇ ਆ ਸੋ ਹੋ ਸਕਦਾ ਆ ਮੈਂ ਇੱਕ ਅੱਧੀ ਵਾਰੀ ਦੇਖਾਂ ਜੇ ਇਹ ਮਿਕਸ ਅਪ ਹੋ ਗਿਆ ਅੱਛਾ ਇੱਕ ਦਿਵਾਰੀ ਮੈਂ ਠੀਕ ਵੀ ਕਰ ਲਵਾਂ ਠੀਕ ਦੈਟਸ ਫਾਈਨ ਪਰ ਜੇ ਮੈਂ ਆਪਣਾ ਸਾਰਾ ਜਿਹੜਾ ਟਾਈਮ ਆ ਓਹੋ ਵੇਟ ਦੀ ਰਾਖੀ ਕੰਚੇ ਲਾ ਦਮਾ ਜਦ ਮੈਂ ਜਾ ਕੇ ਸਟਾਫ ਨੂੰ ਕਮਾ ਯੂ نو ਓਹੋ ਫੁਲਨ ਬੰਦਾ ਉਹਨੂੰ ਟੱਚ ਕਰਦਾ ਆ ਉਹਨਾਂ ਨੂੰ ਜਾ ਕੇ ਤੁਸੀਂ ਕੱਢੋ ਜਿਮ ਚੋ ਤੇ ਹੋ ਸਕਦਾ ਮੇਰੇ ਮਨ ਚ ਇਹ ਵੀ ਡਰ ਹੋਵੇ ਜੇ ਇਹ ਵੇਟਸ ਜਿਹੜੇ ਜੇ ਮੈਂ ਸਹੀ ਨਹੀਂ ਰੱਖੇ ਫਿਰ ਜਿਮ ਨੂੰ ਅਗ ਲੱਗ ਜਣੀ ਆ ਓਕੇ गिर ਸਕਦੇ ਆ ਸਨ ਸੱਟ ਲੱਗ ਸਕਦੀ ਆ ਯਾ 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 ਸੋ ਇਟ ਇਟਸ ਅ ਵੈਰੀ ਬਿਗ ਡਿਫਰੈਂਸ ਮੋਟੀਵੇਸ਼ਨ ਕੀ ਹੁੰਦਾ ਆ ਲੈਵਲ ਆਫ ਰੈਸ਼ਨਲ ਕੀ ਹੁੰਦਾ ਆ ਸੈਂਸ ਬੰਦੀ ਆ ਇਥੋਂ ਅਸੀਂ ਡਿਸਟਿੰਗੁਇਸ਼ ਕਰ ਸਕਦੇ ਆ ਪਰਫੈਕਟ ਹੋਣਾ ਮਾੜੀ ਗੱਲ ਨਹੀਂ ਹੈ ਲੇਕਿਨ ਆਪਣੇ ਆਪ ਤੇ ਨਾ ਇਹ ਇੱਕ ਕੁਐਸਚਨ ਕਰਨਾ ਪੈਣਾ ਹੈ ਜਾਂ ਆਪਣੀਆਂ ਐਕਟੀਵਿਟੀਆਂ ਜਿਹੜੀਆਂ ਉਹ ਵਾਚ ਕਰਨੀਆਂ ਪੈਣੀਆਂ ਕਿ ਠੀਕ ਹੈ ਪਰਫੈਕਸ਼ਨਿਸਟ ਬਣੋ ਪਰ ਉਹਦੇ ਚ ਵੀ ਇੱਕ ਜਿਹੜੀ ਫਾਈਨ ਲਾਈਨ ਹੈਗੀ ਹੈ ਉਹਦੇ ਵੱਲ ਖਾਸ ਤੌਰ ਤੇ ਧਿਆਨ ਦੇਣਾ ਪੈਣਾ ਹੈ ਅਗਰੀ ਜੀ ਤੇ ਕੀ ਪਰਫੈਕਟ ਪਰਫੈਕਸ਼ਨਿਸਟ ਹੋਣਾ ਮਾੜੀ ਗੱਲ ਆਈ ਡੋਨਟ ਥਿੰਕ ਸੋ ਪਰ ਆਈ ਹੋਪ ਨਾਟ ਜੀ ਯਾ ਬਟ ਲਾਈਕ ਯੂ ਸੈਡ ਐਕਸਟ੍ਰੀਮਸ ਰਾਈਟ ਐਕਸਟ੍ਰੀਮ ਦੇ ਵਿੱਚ ਕੋਈ ਵੀ ਚੀਜ਼ ਹੈਗੀ ਜਿਵੇਂ ਆਪਾਂ ਕਹਿੰਦੇ ਆ ਵੀ ਹੱਥ ਧੋਣਾ ਮਾੜੀ ਗੱਲ ਨਹੀਂ ਹੁਣ ਕੋਵਿਡ ਨੇ ਤਾਂ ਸਾਨੂੰ ਗੁਰੂਪੇ ਸਿਖਾਇਆ ਹੈ ਕਿ ਬਾਰ-ਬਾਰ ਹੱਥ ਧੋਤੇ ਨੇ ਲੋਕਾਂ ਨੇ ਆਪਾਂ ਹੁਣ ਤੱਕ ਵੀ ਉਸ ਚੀਜ਼ ਨੂੰ ਫਾਲੋ ਕਰਦੇ ਆਂ ਏਦਾਂ ਦੀਆਂ ਜਦੋਂ ਸਿਚੁਏਸ਼ਨਸ ਆਉਂਦੀਆਂ ਨੇ ਉਹ ਚੀਜ਼ਾਂ ਠੀਕ ਨੇ ਪਰ ਆਪਣੇ ਆਪ ਦਾ ਤੁਹਾਨੂੰ ਅਨਾਲਿਸਿਸ ਕਰਨਾ ਪੈਣਾ ਕਿ ਜੋ ਅਸੀਂ ਕਰ ਰਹੇ ਆਂ ਜੇ ਮੈਂ ਰਾਤ ਨੂੰ ਲੋਕ ਲਗਾਇਆ ਸ਼ਾਇਦ ਮੈਂ ਇੱਕ ਜਾਂ ਦੋ ਵਾਰੀ ਚੈੱਕ ਕਰ ਲਿਆ ਠੀਕ ਹੈ ਉਹ ਮੈਂ ਆਪਣੀ ਸੇਫਟੀ ਵਾਸਤੇ ਆਪਣੀ ਸਿਕਿਉਰਿਟੀ ਵਾਸਤੇ ਚੈੱਕ ਕੀਤਾ ਲੇਕਿਨ ਕੀ ਅਜਿਹਾ ਤਾਂ ਨਹੀਂ ਕਿ ਮੈਂ 10 ਵਾਰੀ ਬੈਡਰੂਮ ਚ ਗਈ ਆ ਤੇ 10 ਵਾਰੀ ਥੱਲੇ ਆ ਕੇ ਮੈਂ ਲੋਕ ਚੈੱਕ ਕੀਤਾ ਜੇ ਅਜਿਹਾ ਹੈਗਾ ਤਾਂ ਫਿਰ ਅਲਰਮਿੰਗ ਸਾਈਨ ਹੈ ਫਿਰ ਉਹਦੇ ਵਾਸਤੇ ਜਿਹੜੀ ਹੈ ਉਹ ਹੈਲਪ ਵੀ ਅਵੇਲੇਬਲ ਹੈਗੀ ਹੈ ਟ੍ਰੀਟਮੈਂਟ ਵੀ ਅਵੇਲੇਬਲ ਨੇ ਗਰੂਪ ਰਿਲੀਜੀਅਸ ਤੇ ਸੈਕਸ਼ੁਅਲਿਟੀ ਇਹ ਵੀ ਇੱਕ OCD ਦੀਆਂ ਟਾਈਪਸ ਨੇ ਇਹ ਕੀ ਹੈਗੀਆਂ ਜੀ ਹਾਂਜੀ ਸੋ ਅਮ ਰਿਲੀਜੀਅਸ OCD ਉਹਨਾਂ ਚ ਸਾਨੂੰ ਦਿਖਾਈ ਦਿੰਦਾ ਆ ਜਿਹੜਾ ਚ ਇਹ ਡਰ ਹੁੰਦਾ ਆ ਜੇ ਮੈਂ ਗॉड ਨੂੰ ਵਾਹਿਗੁਰੂ ਨੂੰ ਅੱਲਾ ਨੂੰ ਯੂ نو ਆਪਣੇ ਦੇਵਤੀ ਦੇਵਤਿਆਂ ਨੂੰ ਮੈਂ ਅਫੈਂਡ ਨਾ ਕਰ ਦਮਾ ਜੇ ਰੱਬ ਨੇ ਮੇਰੇ ਨਾਲ ਗੁੱਸੇ ਹੋ ਜਣਾ ਆ ਕਿਉਂ ਹੋ ਸਕਦਾ ਹੈ ਉਹਨਾਂ ਦੇ ਮਨ 'ਚ ਕੋਈ ਮਾਰੇ ਖਿਆਲ ਜਾਂ ਗਲਤ ਸੋਚਣੀ ਯਾ ਯੂ نو ਸ਼ਬਦਬਲੀ ਇਹ ਹੋ ਜੇ ਗਲਤ ਖਿਆਲ ਬੇਸਿਕਲੀ ਓਨ देयर ਮਨ 'ਚ ਕੈਨ ਬੀ ਅ ਵੈਰਾਈਟੀ ਹੋ ਸਕਦਾ ਇਮੇਜਸ ਹੋ ਸਕਦੇ ਆ ਵਰਡਸ ਹੋ ਸਕਦੇ ਆ ਤੇ ਉਹਦੇ ਕਾਰਨ ਉਹ ਐਕਸੈਸਿਵਲੀ ਪਰੇ ਕਨ ਲਗ ਪਿੰਦੇ ਆ। ਓਕੇ। ਲਕ ਨਾ ਮੈਂ ਜਪਨ ਲਗ ਜਿੰਦੇ ਆ। ਪੂਜਾ ਪਾਠ ਇਹ ਕੁਛ ਕਰਨ ਲਗ ਪਿੰਦੇ ਆ। ਕਿਉਂਕਿ ਉਹਨਾਂ ਦੇ ਮਨ ਚ ਇਹ ਹੀ ਹੁੰਦਾ ਆ। ਯੈਸ ਯੈਸ। ਕਈ ਲੋਕ ਹੁੰਦੇ ਆ ਉਹ ਵਰਸ਼ਪਿੰਗ ਕਨ ਹਰ ਜਾਂਦੇ ਆ। ਓਕੇ। ਉਹ ਪ੍ਰੇ ਕਨ ਹਰ ਜਾਂਦੇ ਆ। ਲੋ ਗੋੜ ਦਵਾਰੇ ਵੀ ਨਹੀਂ ਜਾਂਦੇ। ਮਾਸਕ ਨਹੀਂ ਜਾਂਦੇ। ਕਿਉਂਕਿ ਉਹਨਾਂ ਦੇ ਮਨ ਚ ਵਾਂਸ ਅਗੇਨ ਇਹ ਹੀ ਹੁੰਦਾ ਆ ਜੇ ਗੋਡ ਦਾ ਮੇਰੇ ਨਾਲ ਗੁੱਸੇ ਆ। ਸੋ ਮੈਂ ਅਵੋਇਡ ਹੀ ਕਰਾ ਆਲ ਟੁਗੇਦਰ। ਤੇ ਆਪਣੇ ਪੰਜਾਬੀ ਯਾ ਸਾਊਥ ਏਸ਼ੀਅਨ ਕਲਚਰ ਚ ਤੇ ਯੂ ਨੋ ਕਈ ਸਾਰੇ ਇਵੈਂਟ ਹੁੰਦੇ ਆ ਜਿੱਥੇ ਅਸੀਂ ਇਕ ਜਨਾਹ ਦਾ ਮਿਲਦੇ ਆ ਸੋ ਇਹ ਰਿਲੀਜਸ ਔਰ ਸੀਡੀਜ ਜੀ ਜੀ ਦੀ ਸੈਕਸ਼ੁਅਲਿਟੀ ਵਾਲੀ ਜਿਹੜੀ ਓਸੀਡੀ ਹੈਗੀ ਹਾਂਜੀ ਸੈਕਸ਼ੁਅਲਿਟੀ ਓਸੀਡੀ ਇਹਦੇ ਚ ਮੈਂ ਤੁਹਾਨੂੰ ਉਦਾਹਰਨ ਦਿੰਦੀ ਆ ਮੰਨ ਲਓ ਕੋਈ ਔਰਤ ਆ ਹੋ ਸਕਦਾ ਉਹਨੂੰ 10-12 ਸਾਲ ਹੋ ਗਏ ਆ ਉਹ ਵੀ ਆ ਯੂ ਆਲ ਦੇ ਨਿਆਣੇ ਵੀ ਯੋ ਹੈਲਥੀ ਹੈਲਥੀ ਰਿਲੇਸ਼ਨਸ਼ਿਪ ਪਰ ਕਿਸੇ ਨਾ ਕਿਸੇ ਕਨ ਕਾਕੇ ਉਹਨਾਂ ਨੂੰ ਇਹ ਲੱਗਦਾ ਆ ਜੇ ਹੁਣ ਮੈਂ ਹੋਰ ਔਰਤਾਵਾਂ ਵੱਲੋਂ ਮੇਰੀ ਅਟਰੈਕਸ਼ਨ ਹੋ ਗਈ ਆ ਮੈਂ ਕਿਤੇ ਹੋਰ ਔਰਤਾਂ ਨੂੰ ਪਸੰਦ ਨਹੀਂ ਕਰਦੀ ਇਹ ਡਰ ਜਿਹੜਾ ਹੁੰਦਾ ਆ ਹੋਮੋਸੈਕਸ਼ੁਅਲਿਟੀ ਦਾ ਇਹ ਬਹੁਤ ਜ਼ਿਆਦਾ ਵੱਧ ਜਾਂਦਾ ਆ ਫਿਰ ਹੋ ਸਕਦਾ ਆ ਜਿਹੜੀ ਉਹ ਔਰਤਾ ਉਹ ਆਪਣਾ ਕੰਮ ਵੀ ਛੱਡ ਦੇਵੇ ਕਿਉਂਕਿ ਉੱਥੇ ਹੋਰ ਫੀਮੇਲਜ਼ ਆ ਜਾਂ ਉਹ ਆਪਣੇ ਹਸਬੰਦ ਨਾਲ ਇਹਦੇ ਬਾਰੇ ਖੁੱਲ ਕੇ ਗੱਲ ਵੀ ਨਹੀਂ ਕਰ ਪਾਉਂਦੇ ਰਾਈਟ ਕਿਉਂਕਿ ਸ਼ਰਮ ਹੁੰਦੀ ਆ ਇਹਦੇ ਟੈਬੂ ਟਾਪਿਕ ਆ ਹੈ ਇਹ ਜਿਹੜਾ ਡੈਮੋਗ੍ਰਾਫਿਕ ਹੁੰਦਾ ਆ ਇਹਨਾਂ ਨੂੰ ਡਾਕਟਰ ਦੇ ਨਾਲ ਵੀ ਖੁੱਲ ਕੇ ਗੱਲ ਕਰਨ ਛੇ ਗੁਰੇਜ਼ ਕਰਦੇ ਆ ਯਾ ਅੱਛਾ ਇਹ ਹੈਰਿਡੇਟਰੀ ਵੀ ਹੋ ਸਕਦਾ ਹੋ ਸਕਦਾ ਆ ਕੁਝ ਪਰਸੈਂਟੇਜ ਯੂ ਨੋ ਓਵਰਲੈਪ ਹੋ ਸਕਦੀ ਹੈ ਬਟ ਇਟਸ ਨਾਟ ਨੈਸੈਸਰੀ ਯੈਸ ਤੇ ਕੋਈ ਕਾਸ ਗਰੁੱਪ ਏਜ ਗਰੁੱਪ ਵੀ ਹੈਗਾ ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਹੁੰਦਾ ਹਾਂਜੀ ਅਮ 8 ਸਾਲਾਂ ਤੋਂ ਲੈ ਕੇ 12 ਸਾਲਾਂ ਦੇ ਨਿਆਣੇ ਜਿਹੜੇ ਆ ਉਹਨਾਂ 'ਚ ਥੋੜਾ ਜਿਹਾ ਜ਼ਿਆਦਾ ਰਿਸਕ ਹੁੰਦਾ ਆ ਏਹ ਹੈ ਗਰੁੱਪ ਜਿਹੜਾ ਹੁੰਦਾ ਹੈ ਇਹਨਾਂ ਚੀ ਮੋਸਟਲੀ ਮੁੰਡੇ ਹੁੰਦੇ ਆ ਪਰ ਉਹ ਤੋਂ ਬਾਅਦ ਇੱਕ ਸੈਕੰਡ ਹਾਈ ਰਿਸਕ ਪੀਰੀਅਡ ਹੈਗਾ ਯਾ 15 ਸਾਲਾ ਤੋਂ ਲੈ ਕੇ 25 ਸਾਲਾ ਚ ਤੇ ਇਹਨਾਂ ਚ ਫਾਰ ਸਮ ਰੀਜ਼ਨ ਫੀਮੇਲਸ ಜಾਦੀ ਹੁੰਦੀਆਂ ਆ ਯਾ OK OK ਸੋ ਇੱਕ ਤੁਸੀਂ ਜਿਹੜਾ ਡਿਫਰੈਂਸ਼ੀਏਟ ਕਰ ਸਕਦੇ ਹੋ ਕਿ ਇਹਨਾਂ ਏਜ ਗਰੁੱਪਸ ਦੇ ਵਿੱਚ ਜ਼ਿਆਦਾ ਹੁੰਦਾ। ਯਾ ਅੱਛਾ ਗੁਰੂਪਨ ਅੱਜ ਦੀ ਜਿਨ੍ਹਾਂ ਨੇ ਕਨਵਰਸੇਸ਼ਨ ਸੁਣੀ ਹੈਗੀ ਹੈ ਨਾ ਕਈ ਵਾਰੀ ਆਪਾਂ ਪਹਿਲਾਂ ਨਹੀਂ ਸੋਚਦੇ ਹੁੰਦੇ ਵੀ ਲੇਕਿਨ ਕੋਈ ਗੱਲਬਾਤ ਆਪਾਂ ਸੁਣੀਏ ਉਸ ਤੋਂ ਬਾਅਦ ਸਾਨੂੰ ਲੱਗਣ ਲੱਗ ਜਾਂਦਾ ਵੀ ਸ਼ਾਇਦ ਇਹ ਪ੍ਰੋਬਲਮ ਮੇਰੇ ਚ ਹੈਗੀ ਹੈ ਤੇ ਮੈਂ ਇਹਦੀ ਹੈਲਪ ਲੈ ਲਾਂ। ਹਮਮ ਸਾਨੂੰ ਦੱਸੋ ਵੀ ਜਿਹੋ ਹੈਲਪ ਲੈਣਾ ਚਾਹੁੰਦੇ ਨੇ ਉਹ ਕਿੱਥੇ-ਕਿੱਥੇ ਅਪਰੋਚ ਕਰ ਸਕਦੇ ਨੇ। ਸੋ ਉਹ ਜਿਹੜਾ ਸਟਿਗਮਾ ਹੈ ਉਹਨੂੰ ਖਤਮ ਕਰਨਾ ਹੈ ਜਾਂ ਤੁਸੀਂ ਆਪ ਹੋ ਸਕਦਾ ਕੋਈ ਸਾਡੇ ਸੁਣਨ ਵਾਲੇ ਇਸ ਚੀਜ਼ ਨਾਲ ਜੂਝ ਰਹੇ ਨੇ ਜਾਂ ਤੁਹਾਡਾ ਕੋਈ ਫੈਮਿਲੀ ਮੈਂਬਰ ਹੈਗਾ ਸੋ ਕੀ ਸਟੈਪਸ ਹੈਗੇ ਨੇ ਤੇ ਕੀ ਟਿਪਸ ਹੈਗੀਆਂ ਨੇ ਹਾਂਜੀ ਵੈਲ ਲੱਕੀਲੀ ਹੁਣੀ ਰਿਸਰਚ ਬੋਟ ਅਵੇਲੇਬਲ ਆ ਬੁੱਕਸ ਵੀ ਆ ਯੂ نو ਸ਼ਾਰਟ ਵੀਡੀਓਜ਼ ਵੀ ਆ ਤੁਸੀਂ ਆਨਲਾਈਨ ਐਕਸੈਸ ਕਰ ਸਕਦੇ ਆ ਆਪਣੇ ਆਪ ਨੂੰ ਸੈਲਫ ਡਾਇਗਨੋਸ ਕਰਨ ਤੋਂ ਯੂ نو ਆਪਣੇ ਆਪ ਨੂੰ ਰੋਕੋ ਅੱਛਾ ਨਹੀਂ ਕਰਨਾ ਚਾਹੀਦਾ ਯੈਸ ਯੈਸ ਕਿਉਂਕਿ ਬਹੁਤ ਸੌਖਾ ਹੈ ਆਪਣੇ ਆਪ ਨੂੰ ਡਾਇਗਨੋਸ ਕਰਨਾ ਇਨਸਟੈਡ ਤੁਹਾਨੂੰ ਪ੍ਰੋਫੈਸ਼ਨਲ ਦੀ ਐਡਵਾਈਸ ਲੈਣੀ ਚਾਹੀਦੀ ਆ ਸੋ ਯੂਜੂਅਲੀ ਪ੍ਰੋਸੈਸ ਇਹ ਹੀ ਹੁੰਦਾ ਹੈ ਜਾ ਕੇ ਆਪਣੇ ਫੈਮਿਲੀ ਡਾਕਟਰ ਨੂੰ ਮਿਲੋ ਉਹਨਾਂ ਦੇ ਨਾਲ ਜਿਹੜੇ ਸਾਇੰਸ ਐਂਡ ਸਿੰਪਟਮਸ ਬਾਰੇ ਅੱਜ ਅਸੀਂ ਗੱਲਾਂ ਕੀਤੀਆਂ ਆ ਉਹਨਾਂ ਦੇ ਬਾਰੇ ਖੁੱਲ ਕੇ ਗੱਲ ਕਰੋ ਤੇ ਉਤੋਂ ਬਾਅਦ ਕਈ ਡਾਕਟਰਸ ਹੁੰਦੇ ਆ ਜਿਨ੍ਹਾਂ ਚੇਹੇ ਟ੍ਰੇਨਿੰਗ ਹੁੰਦੀ ਆ ਉਹ ਯੂ ਨੋ ਡਾਇਗਨੋਸ ਕਰ ਸਕਦੇ ਆ ਪਰ ਕਈ ਵਾਰੀ ਅੱਗੇ ਤੁਹਾਨੂੰ ਰੈਫਰਲ ਲੈਣਾ ਪੈਂਦਾ ਆ ਰੈਫਰਲ ਦੇ ਰਾਹੀਂ ਤੁਹਾਨੂੰ ਸਾਈਕੀਆਟ੍ਰਿਸ ਸਾਈਕਾਇਟ੍ਰਿਸ ਦੇ ਨਾਲ ਕਨੈਕਟ ਕਰਦੇ ਆ ਫਿਰ ਉਹ ਇੱਕ ਥਰੋ ਅਸੈਸਮੈਂਟ ਤੁਹਾਡੀ ਕਰ ਸਕਦੇ ਆ ਐਂਡ ਉਤੋਂ ਬਾਅਦ ਟ੍ਰੀਟਮੈਂਟ ਪਲਾਨ ਸ਼ੁਰੂ ਕਰ ਸਕਦੇ ਆ ਪਰ ਜੇ ਤੁਹਾਨੂੰ ਇਹ ਪ੍ਰੋਸੈਸ ਜਿਹੜਾ ਆ ਬਹੁਤ ਲੰਬਾ ਲੱਗਦਾ ਆ ਯੂ ਕੈਨ ਕਨੈਕਟ ਵਿਦ ਅ ਕਾਉਂਸਲਰ ਕਾਫੀ ਸਾਈਟ ਦੇ ਕਾਉਂਸਲਰਸ ਆ ਇਨ ਫੈਕਟ me personally yeah. my client Lorde right now like I can tell you I work with people that have OCD it's not uncommon yes. so even reaching out to a therapist to therapist ਜੇ ਤੁਹਾਨੂੰ ਇਹ ਅਪਰੋਚ ਕਰਨਾ ਹੈ ਗੁਰੂ ਜੀ ਕਿੱਥੇ ਅਪਰੋਚ ਕਰ ਸਕਦੇ ਨੇ ਯੈਸ ਮੇਰਾ ਨੰਬਰ ਹੈਗਾ ਆ ਉਹੋ ਮੇਰੀ ਵੈਬਸਾਈਟ ਤੇ ਵੀ ਹੈਗਾ ਆ ਐਂਡ ਵੈਰੀ ਸਿਮਿਲਰਲੀ ਤੁਸੀਂ ਆਨਲਾਈਨ ਸਰਚ ਕਰ ਸਕਦੇ ਆ ਉਹਦੇ ਚ ਤੁਸੀਂ ਇਹ ਵੀ ਸਪੈਸੀਫਾਈ ਕਰ ਸਕਦੇ ਆ ਗੂਗਲ ਦੇ ਰਾਹੀਂ ਜਾਂ ਸਾਈਕੋਲੋਜੀ ਟੁਡੇ ਦੇ ਰਾਹੀਂ ਜੇ ਵੀ ਨਿਊ OCD ਸਪੈਸ਼ਲਾਈਜੇਸ਼ਨ ਚਾਹੀਦੀ ਐਂਡ ਇਦਾਂ ਤੜਾ ਜਰਾ ਸਰਚ ਆਹੋ ਯੂ نو ਜੀ ਅਸੀਂ ਗਰੁੱਪ ਦਾ ਨੰਬਰ ਫਰੰਟ ਡੈਸਕ ਤੇ ਵੀ ਦੇ ਦੇਵਾਂਗੇ ਜੀ ਜੇ ਕਿਸੇ ਨੂੰ ਕਿਸੇ ਨੇ ਗੱਲ ਕਰਨੀ ਹੋਵੇ ਲੱਗਦਾ ਹੈ ਕਿ ਹਾਂ OCD ਹੈਗੀ ਹੈ ਇਹਦੇ ਬਾਰੇ ਟਰੀਟਮੈਂਟ ਲੈਣਾ ਹੈ ਅੱਜ ਦੀ ਗੱਲਬਾਤ ਸੁਣ ਕੇ ਕਈ ਵਾਰੀ ਆਪਾਂ ਨੂੰ ਇਹ ਰਿਮਾਈਂਡਰ ਹੁੰਦਾ ਸਾਡੇ ਵਾਸਤੇ ਕਿ ਜੇ ਕੋਈ ਪ੍ਰੋਬਲਮ ਹੈਗੀ ਅਸੀਂ ਉਹਦੇ ਬਾਰੇ ਗੱਲ ਕਰੀਏ ਖੁੱਲ ਕੇ ਗੱਲ ਕਰਾਂਗੇ ਕਿਹਾ ਜਾਂਦਾ ਹੈ ਕਿ ਖੁੱਲ ਕੇ ਜਦੋਂ ਤੁਸੀਂ ਗੱਲ ਕਰਦੇ ਹੋ ਨਾ ਤਾਂ ਬਹੁਤ سارے ਮਸਲੇ ਜਿਹੜੇ ਨੇ ਬਹੁਤ ਸਾਰੀਆਂ ਪ੍ਰੋਬਲਮਸ ਜਿਹੜੀਆਂ ਨੇ ਗੁਰੂ ਉਹ ਹੱਲ ਹੋ ਜਾਂਦੀ ਬਿਲਕੁਲ ਪਰ ਜੇ ਆਪਾਂ ਆਪਣੇ ਅੰਦਰੋਂ ਅੰਦਰ ਹੀ ਲੈ ਕੇ ਬੈਠੇ ਰਵਾਂਗੇ ਉਸ ਚੀਜ਼ ਨਾਲ ਜੂਝਦੇ ਰਵਾਂਗੇ ਹੋ ਸਕਦਾ ਮੈਨੂੰ ਪਤਾ ਵੀ ਹੋ ਤੇ ਬਲੇਮ ਅਟੈਚਡ ਐ ਸਟਿਗਮਾ ਟੈਬੂ ਅਟੈਚਡ ਐ ਸੋ ਸ਼ਾਇਦ ਮੈਂ ਖੁੱਲ ਕੇ ਗੱਲ ਨਾ ਕਰਾਂ ਪਰ ਜੇ ਖੁੱਲ ਕੇ ਗੱਲ ਕੀਤੀ ਜਾਵੇ ਇਹਨਾਂ ਮਸਲਿਆਂ ਬਾਰੇ ਜੇ ਕੋਈ ਪ੍ਰੋਬਲਮ ਹੈਗੀ ਹੈ ਤਾਂ ਬਹੁਤ ਸਾਰੀਆਂ ਮੈਂਟਲ ਹੈਲਥ ਕੰਡੀਸ਼ਨ ਜਿਹੜੀਆਂ ਨੇ ਉਹ ਇੱਕ ਵਰਸ ਨਾ ਹੋਣ ਉਹਦੇ ਤੋਂ ਬਚਿਆ ਜਾ ਸਕਦਾ ਹੈ ਗੁਰੂ ਪੈਨੀ ਥਿੰਗ ਇਨ ਕਲੋਜ਼ਿੰਗ No thank you just so much I'm very very appreciative the I hope everybody has a lovely rest of their day <laughs> thank you thank you, thank you.